ਸਰਹੰਦ ਜਦੋਂ ਤੁਸੀਂ ਨਮਸਕਾਰ ਕਰਦੇ ਹੋ ਮੇਰਾ ਅੱਖਾਂ ਭਰ ਆਉਂਦੀਆਂ ਐ ਉੱਥੇ ਜਦੋਂ ਜਾਂਦਾ ਮੇਰੇ ਹਿਸਾਬ ਨਾਲ ਜਿੱਦੀਆਂ ਇਹ ਸ਼ਹਾਦਤਾਂ ਨੇ ਇਹ ਸੱਤ ਜਨਮ ਛੱਡੋ ਤੁਸੀਂ ਕਿੰਨੇ ਹੀ ਜਨਮ ਲੈ ਲਓ ਤਾਂ ਉਹਨਾਂ ਦਾ ਅਸੀਂ ਜਿਹੜਾ ਕਰਜ਼ਾ ਨਹੀਂ ਦੇ ਸਕਦੇ ਕਿ ਜਿਹੜੀਆਂ ਸ਼ਹਾਦਤਾਂ ਨੇ ਕੱਲੀਆਂ ਸਾਹਿਬ ਜਾਦੇ ਦੀਆਂ ਸ਼ਹਾਦਤਾਂ ਫੇਰ ਕਿੰਨੀਆਂ ਮਾਵਾਂ ਨੇ ਆਪਣੇ ਗਲਾਂ 'ਚ ਹਾਰ ਪਵਾਇਆ ਮੈਨੂੰ ਦੱਸੋ ਤਾਂ ਸੁੱਖ ਕਿੱਥੇ ਮਿਲਿਆ ਹੂੰ ਦੁਖੀ ਦੁਖ ਮਿਲੇਆ ਫੇਰ ਵੀ ਉਹ ਕਹਿੰਦੇ ਤੇਰਾ ਭਾਣਾ ਮਿੱਠਾ ਲਗਿਆ ਚੜ੍ਹਦੀ ਕਲਾ 'ਚ ਰਹਿੰਦੇ ਸੀ ਹੂੰ ਪਰ ਅਸੀਂ ਸਾਡਾ ਜਿਹੜਾ ਸਮਾਜ ਆ ਹੁਣ ਵਕਰਾ ਹੋ ਮਾੜਾ ਜਦੋਂ ਖੌਂਦਾ ਨਹੀਂ ਜਦ ਦੀ ਰੋਣ ਲੱਗ ਜਾ ਕਿਤੇ ਜਾਣ ਦੀ ਲੋੜ ਨਹੀਂ ਕੁਛ ਕਰਨ ਦੀ ਲੋੜ ਨਹੀਂ ਗੁਰੂ ਮਹਾਰਾਜ ਸਾਨੂੰ ਬਹੁਤ ਸੋਹਣੇ ਮੈਸੇਜ ਜਨੇਹੇ ਦੇ ਕੇ ਐਡ ਐਡੀਆਂ ਸ਼ਹਾਦਤਾਂ ਸਾਡੇ ਲਈ ਕਰ ਗਏ ਜਿਨ੍ਹਾਂ ਦੇ ਕਰਕੇ ਅਸੀਂ ਅੱਜ ਇੱਥੇ ਸੁੱਖ ਦਾ ਸਾਹ ਲੈ ਰਹੇ ਹਾਂ ਜੇ ਅਸੀਂ ਕਿਸੇ ਨਾਲ ਗੱਲ ਕਰਦੇ ਹਾਂ ਕਿ ਸਾਨੂੰ ਐਦਾਂ ਕਰਨਾ ਚਾਹੀਦਾ ਹੈ ਤਾਂ ਮੈਂ ਦੇਖਿਆ ਜੇ ਅਸੀਂ ਆਮ ਗੱਲ ਕਰਦੇ ਹਾਂ ਨਾ ਤਾਂ ਅਗਲਾ ਕਹਿੰਦਾ ਅਸੀਂ ਗੁਰੂ ਸਾਹਿਬਾਨਾਂ ਵਰਗੇ ਥੋੜੀ ਬਣ ਜਾਗੇ ਯਾਰ ਮਤਲਬ ਇਹ ਗੱਲ ਕਹਿ ਕੇ ਉਹ ਉੱਥੇ ਸਟਾਪ ਕਰ ਦਿੰਦਾ ਇੱਕ ਸਮਾਂ ਸੀਗਾ ਮੈਂ ਇਹ ਨਹੀਂ ਕਹਿੰਦਾ ਇੱਕ ਸਮਾਂ ਸੀ ਜਵਾਨੀ ਟਾਈਮ ਅਸੀਂ ਹੁੱਲੜ ਬਾਜੀ ਵੀ ਕਰਕੇ ਆਏ ਅ ਪਰ ਉਹ ਸਾਨੂੰ ਕਿਸੇ ਨੇ ਦੱਸਿਆ ਹੀ ਨਹੀਂ ਜਿਹੜੇ ਅੱਜ ਵੀ ਨੌਜਵਾਨ ਜਾਂਦੇ ਨੇ ਹੋ ਸਕਦਾ ਉਹਨਾਂ ਨੂੰ ਕਿਸੇ ਨੇ ਨਾ ਸਮਝਾਇਆ ਹੋਵੇ ਬੁੱਲਟ ਬਾਜੀ ਤਾਂ ਅੱਜ ਵੀ ਹੋ ਜਾਂਦੀ ਆ ਸਰਹੰਦ ਰੋਡ ਐ ਪਟਿਆਲੇ ਤੋਂ ਇੱਥੇ 10 ਲੰਗਰ ਲੱਗੇ ਹੋਇਆ ਜੀ ਰੋੜੀ ਵੀ ਬਹੁਤ ਮਤਲਬ ਕੀ ਗੱਲ ਤੁਸੀਂ ਉਹ 10 ਬਹੁਤ ਉਹ ਐ ਛੋਟੀ ਐ ਛੋਟੀ ਐ ਰੋੜ ਉਸੀ ਲੋਕਾਂ ਨੂੰ ਦੇਖੋ ਐਕਸੀਡੈਂਟ ਹੁੰਦੇ ਆ ਪਿੱਛੇ ਮੈਂ ਖਬਰ ਸੁਣੀ ਸੀ ਇੱਕ ਬੱਸ ਵਾਲਾ ਹੀ ਮਾਰਤਾ ਲੰਗਰ ਵਾਲਿਆਂ ਨੇ ਕੁੱਟ-ਕੁੱਟ ਕੇ ਵੀ ਉਹਨੇ ਬੱਸ ਨਹੀਂ ਰੋਕੀ ਕੀ ਇਹ ਜਿਹਾ ਇਹ ਲੰਗਰ ਵਾਜਿਬ ਹੈ ਤੁਸੀਂ ਕਿਸੇ ਨੂੰ ਖੜਾ ਰਹੇ ਹੋ ਤੱਕੇ ਨਾਲ ਖੜਾ ਰਹੇ ਹੋ ਠੀਕ ਹੈ ਤੁਹਾਡੀ ਸ਼ਰਤ ਹੈ ਇਹਨੂੰ ਅਸੀਂ ਸਾਰਾ ਸਾਲ ਚਲਾ ਸਕਦੇ ਹਾਂ ਜੇ ਲੋਕ ਇਸ 'ਚ ਸਿਆਣੇ ਵਰਤਣ ਐਸਐਮਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹੈਪੀ ਪਕਤਾ ਦਿਲਦਾਰ ਬੰਦੇ ਤਹਿਤ ਇਸ ਲੜੀ ਤਹਿਤ ਅੱਜ ਅਸੀਂ ਆਏ ਹਾਂ ਫਤਿਹਜੀਤ ਸਿੰਘ ਜੀ ਕੋਲ ਪਿੰਡ ਵਿਰਾਸਤ ਇੱਕ ਪਿੰਡ ਨਾਲ ਜੁੜੀ ਹੋਈ ਜਗ੍ਹਾ ਇਹਨਾਂ ਦੀ ਜਿੱਥੇ ਪਿੰਡ ਦਾ ਕਲਚਰ ਸਾਂਭ ਕੇ ਰੱਖਿਆ ਹੋਇਆ ਕੁਦਰਤ ਨੂੰ ਸਾਂਭ ਕੇ ਰੱਖਿਆ ਹੋਇਆ ਇਹ ਦਿਨ ਸ਼ਹੀਦੀ ਦਿਵਸ ਦੇ ਦਿਨ ਨੇ ਲੋਕ ਆਪਣੇ ਸ਼ਹੀਦਾਂ ਨੂੰ ਯਾਦ ਕਰਦੇ ਨੇ ਨਤਮਸਤਕ ਹੁੰਦੇ ਨੇ ਅੱਜ ਇਸ ਵਿਸ਼ੇ ਦੇ ਉੱਤੇ ਗੱਲਬਾਤ ਕਰਾਂਗੇ ਫਤਿਹਜੀਤ ਜੀ ਹੂਣਾ ਨਾਲ ਸਤਿ ਸ੍ਰੀ ਅਕਾਲ ਸਚੀ ਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਭਾਈ ਪਹਿਲਾ ਤਾਂ ਇਹੀ ਬਹੁਤ ਵੱਡੀ ਗੱਲ ਆ ਅਕਸਰ ਕਹਦੇ ਨੇ ਕਿ ਪਿੰਡ ਸਾਡੇ ਚੋਂ ਲੋਪ ਹੁੰਦੇ ਜਾਂਦੇ ਆ ਤੇ ਫਤਿਹ ਚ ਅਜ ਤੱਕ ਕੋਈ ਬੰਦਾ ਪਿੰਡ ਹੀ ਨਹੀਂ ਕੱਢ ਸਕਿਆ ਪਿੰਡ ਸਾਡੀ ਖੁਰਾਕ ਨਹੀਂ ਜੀ ਸਾਡੀ ਰੂਹ ਦੀ ਜਿਹੜੀ ਖੁਰਾਕ ਆ ਉਹ ਸਾਡੀ ਮਿੱਟੀ ਨਾਲੇ ਜੁੜੇ ਹੋਏ ਆ ਸੀ ਜੀ ਸਾਨੂੰ ਜੁੜੇ ਰਹਿਣਾ ਚਾਹੀਦਾ ਸੋ ਜਿਵੇਂ ਅਸੀਂ ਅੱਜ ਕੱਲ ਦੇਖ ਵੀ ਰਹੇ ਹਾਂ ਕਿ ਬਹੁਤ ਪ੍ਰਚਾਰ ਹੋ ਰਿਹਾ ਹੈ ਕਿ ਤੁਸੀਂ ਬਾਹਰ ਜਾ ਰਹੇ ਹੋ ਬਾਹਰ ਆਪਣੀ ਮਿੱਟੀ ਛੱਡ ਕੇ ਜਾ ਰਹੇ ਹੋ ਹੂੰ ਸੋ ਜੇ ਅਸੀਂ ਮਿੱਟੀ ਨਾਲ ਆਪਣੇ ਜਿਹੜੇ ਖਰਚੇ ਨੇ ਜਿਹੜੇ ਤੁਹਾਡੇ ਆ ਲੋੜਾਂ ਨੇ ਉਹਨਾਂ ਨੂੰ ਸੀਮਤ ਕਰ ਲਈਏ ਹੂੰ ਤਾਂ ਮੈਨੂੰ ਲੱਗਦਾ ਵੀ ਸਾਨੂੰ ਸਾਡੀ ਮਿੱਟੀ ਦੀ ਜਿਹੜੀ ਖੁਸ਼ਬੂ ਛੱਡਣ ਦੀ ਲੋੜ ਨਹੀਂ ਇਹ ਇਹ ਕਿਉਂ ਹੁੰਦਾਗਾ ਇਧਰਲੇ ਨੂੰ ਮਿੱਟੀ ਡਰਾਉਂਦੀ ਐ ਹਾਂਜੀ ਛੱਡ ਕੇ ਭਾਜਦੇ ਉਧਰਲੇ ਨੂੰ ਮਿੱਟੀ ਵਾਜਾ ਮਾਰਦੀ ਐ ਨਹੀਂ ਅ ਇਧਰਲੇ ਨੂੰ ਡਰਾਉਂਦੀ ਐ ਇਸ ਕਰਕੇ ਆ ਕਿ ਆਪਾਂ ਸਾਡੀ ਮਿੱਟੀ ਨਾਲ ਅੱਗੇ ਸਾਡੇ ਬਜ਼ੁਰਗ ਨਾ ਬੜੇ ਸਿਆਣੇ ਹੁੰਦੇ ਸੀ ਸਾਡੀਆਂ ਜਿਹੜੀਆਂ ਮਾਵਾਂ ਸਾਡੇ ਜਿਹੜੇ ਦਾਦੀ ਮਾਂ ਸਾਡੇ ਨਾਨੀ ਉਹ ਸਾਨੂੰ ਮਿੱਟੀ ਨਾਲ ਜੋੜ ਕੇ ਰੱਖਦੀਆਂ ਸੀ ਜੀ ਛੋਟੇ ਹੁੰਦੇ ਉਹਨਾਂ ਨੇ ਕਹਿਣਾ ਵੀ ਤੁਸੀਂ ਜਾਓ ਛੋਟੇ ਛੋਟੇ ਹੁੰਦੇ ਸੀ ਅਸੀਂ ਵੀ ਡੋਲੂ ਭਰ ਦੇਣਾ ਚਾਹ ਦਾ ਵੀ ਦੇ ਕੇ ਆਓ ਪੁੱਤ ਹਮ ਹੁਣ ਮੈਨੂੰ ਯਾਦ ਹੈ ਮੇਰੀ ਬੇਬੇ ਮੈਨੂੰ ਆਖਦੀ ਸੀ ਕਿ ਵੀ ਤੂੰ ਕਿਹੜਾ ਮਾਰ ਕੇ ਆਇਆ ਕਰ ਤੈਨੂੰ ਦੇਖ ਕੇ ਫਸਲਾਂ ਖੁਸ਼ ਹੁੰਦੀਆਂ ਨੇ ਹਮ ਜਦੋਂ ਉਹਨੂੰ ਉਹਨਾਂ ਨੂੰ ਵੀ ਹੁੰਦਾ ਫਸਲਾਂ ਨੂੰ ਕਿ ਜਦੋਂ ਤੁਸੀਂ ਖੇਤ ਗੇੜਾ ਮਾਰਦੇ ਹੋ ਤਾਂ ਉਹ ਤੁਹਾਨੂੰ ਦੇਖ ਕੇ ਖੁਸ਼ ਹੁੰਦੀਆਂ ਨੇ ਕਿ ਸਾਡਾ ਮਾਲਕ ਆ ਗਿਆ ਸਾਡਾ ਸਰਦਾਰ ਆ ਗਿਆ ਸੋ ਅਸੀਂ ਉਹ ਗੱਲਾਂ ਜਿਹੜੀਆਂ ਸਾਡੀਆਂ ਬੇਬੇ ਮਾਵਾਂ ਕਰਦੀਆਂ ਸੀ ਉਹ ਅੱਜ ਕਿਤੇ ਨਾ ਕਿਤੇ ਘਟਦੀਆਂ ਜਾ ਰਹੀਆਂ ਨੇ ਇਹ ਕੁਦਰਤੀ ਵਾਪਰ ਰਿਹਾ ਵੈਸੇ ਮੈਂ ਤੁਹਾਨੂੰ ਦੱਸਦਾ ਕੁਦਰਤੀ ਮਤਲਬ ਨਹੀਂ ਤੁਹਾਡੀ ਗੱਲ ਜਿਹੜੀ ਮੈਨੂੰ ਬੜੀ ਖੂਬਸੂਰਤ ਲੱਗੀ ਪਿਛਲੇ 2-3 ਹਫ਼ਤਿਆਂ ਤੋਂ ਇਸ ਮਹੀਨੇ ਦੇ ਵਿੱਚ ਵਿੱਚ ਮੈਂ ਕੁਝ ਇੰਟਰਵਿਊਜ਼ ਕੀਤੀਆਂ ਜਿਦੇ ਵਿੱਚ ਕੁਦਰਤੀ ਜਦੋਂ ਗੱਲ ਕਰੀ ਤਾਂ ਉਹਦੇ ਵਿੱਚ ਹਰ ਬੰਦੇ ਦਾ ਕਹਿਣ ਦਾ ਤਰੀਕਾ ਅਲੱਗ ਹੈ ਇੱਕ ਮੈਂ ਵਿਗਿਆਨੀ ਵਨਸਪਤੀ ਵਿਗਿਆਨੀ ਦੇ ਨਾਲ ਗੱਲ ਕੀਤੀ ਉਹਨੇ ਕਿਹਾ ਵੀ ਡਿਪਰੈਸ਼ਨ ਚਲੇ ਜਾਂਦੇ ਨੇ ਫਿਰ ਮੈਂ ਇੱਕ ਲੇਖਕ ਨਾਲ ਗੱਲ ਕੀਤੀ ਉਸਨੇ ਆਪਣੇ ਨਾਵਲ ਦੇ ਵਿੱਚ ਕਿਤੇ ਕੋਟ ਕੀਤਾ ਕਿ ਦਰਖਤ ਨੂੰ ਜਦੋਂ ਫਲ ਨਹੀਂ ਦਿੰਦਾ ਉਹ ਜਾਮਣ ਦਾ ਹੋਵੇ ਅੰਬ ਦਾ ਹੋਵੇ ਤਾਂ ਬਜ਼ੁਰਗ ਕਹਾੜੀ ਨਾਲ ਵੜਦੇ ਸੀਗੇ ਫਿਰ ਕਹਿੰਦੇ ਸੀ ਤੂੰ ਮੈਨੂੰ ਰੋਕੀ ਇਹ ਫਲ ਨਹੀਂ ਦਿੰਦਾ ਫਿਰ ਉਹ ਗੁੱਸਾ ਮੰਨਦਾ ਵੀ ਯਾਰ ਮੇਰਾ ਗੁੱਸਾ ਕਰ ਰਿਹਾ ਅਗਲੀ ਵਾਰ ਮੈਂ ਫਲ ਦੇਣਾ ਤੀਜੀ ਗੱਲ ਤੁਹਾਡੀ ਸੁਣੀ ਹੈ ਕਿ ਖੇਤ ਗੇੜਾ ਮਾਰਨਾ ਫਸਲਾਂ ਮਹਿਸੂਸ ਕਰਨੀਆਂ ਮੇਰੇ ਕੋਲੇ ਆਉਂਦੇ ਨੇ ਜੀ ਦੇਖੋ ਲਗਾਤਾਰ ਹੋ ਰਹੀਏ ਗੱਲ ਬਹੁਤ ਖੂਬਸੂਰਤ ਸਿਆਣਿਆਂ ਦੀ ਗੱਲ ਹੈ ਜੀ ਸਿਆਣਿਆਂ ਨੇ ਕੋਈ ਤਰਕ ਕੱਢਿਆ ਉਹਨਾਂ ਨੇ ਆਪਣੀ ਜਿਹੜੀ ਦੇਖੋ ਸਿਆਣਾ ਇਨਸਾਨ ਇਹ ਨਹੀਂ ਹੈ ਕਿ ਚਿੱਟੇ ਵਾਲ ਆ ਗਏ ਜੀ ਉਹ ਜਿਹੜਾ ਆਪਣੀ ਜ਼ਿੰਦਗੀ ਦੇ ਜਿਹੜੀਆਂ ਕੋਈ ਕਮੀਆਂ ਪੇਸ਼ੀਆਂ ਰਹਿ ਜਾਂਦੀਆਂ ਨੇ ਉਹ ਸਾਨੂੰ ਦੱਸਦਾ ਉਤੋਂ ਸਿੱਖ ਕੇ ਸਾਨੂੰ ਸਿਆਣਪ ਦਿੰਦਾ ਹ ਹ ਕੋਈ ਸਿਆਣਪ ਐਦਾ ਤਾਂ ਹੈ ਨਹੀਂ ਵੀ ਇਹ ਬਾਜ਼ਾਰੋਂ ਮਿਲਦੀ ਹੈ ਇਹ ਤਾਂ ਜਿਹੜੇ ਨੇ ਤਕੇ ਖਾਦੇ ਆ ਜਿਨ੍ਹਾਂ ਨੇ ਮਿੱਟੀ ਨਾਲ ਮਿੱਟੀ ਹੋਏ ਆ ਉਹਨਾਂ ਦੀ ਜਿਹੜੀ ਸਿਆਣਪ ਹੈ ਉਹ ਵਾਕਈ ਕੰਮ ਆਉਂਦੀ ਆ ਤੁਹਾਡੇ ਲਈ ਜੇ ਤੁਸੀਂ ਉੱਥੋਂ ਕੁਝ ਸਿੱਖਦੇ ਹੋ ਜਿਹੜੀ ਅਕਸਰ ਗੱਲ ਘੁੰਮਦੀ ਆ ਫੇਸਬੁੱਕ ਦੇ ਉੱਤੇ ਕਿ ਸਿਆਣਾ ਬਾਦਾਮ ਖਾ ਕੇ ਨਹੀਂ ਠੱਕੇ ਖਾ ਕੇ ਹੁੰਦਾ ਖਨੇ ਖਾ ਕੇ ਵਿਚਰ ਕੇ ਮਤਲਬ ਠੱਕੇ ਖਾ ਕੇ ਨਹੀਂ ਵਿਚਰ ਕੇ ਹਾਂ ਸਿਆਣੇ ਦਾ ਕਿਹਾ ਔਲੇ ਦਾ ਖਾਦਾ ਮਾਚ ਪਤਾ ਲੱਗ ਇਹ ਫਤਿਹ ਜੀ ਜਿਵੇਂ ਇਹ ਦਿਨ ਨੇ ਜਿਹੜੇ ਦਿਨਾਂ ਦੇ ਵਿੱਚ ਅਸੀਂ ਬੈਠੇ ਆ ਜੀ ਸ਼ਹੀਦਾ ਦਿਨ ਨੇ ਸ਼ਹੀਦੀ ਦਿਵਸ ਹੈ ਯਾਦ ਕਰਦੇ ਨੇ ਸ਼ਹੀਦਾਂ ਨੂੰ ਗੁਰੂ ਸਾਹਿਬ ਨੇ ਆਪਣਾ ਪਰਿਵਾਰ ਸਾਡੇ ਲਈ ਵਾਰਿਆ ਹੈਗਾ ਤੁਹਾਡੀ ਜ਼ਿੰਦਗੀ ਚ ਕੀ ਇਹੋ ਜਿਹਾ ਘਟਿਆ ਕਿ ਜਿਵੇਂ ਤੁਸੀਂ ਮੈਂ ਤੁਹਾਨੂੰ ਦੇਖਦਾ ਬੜੇ ਸਹਿਜ ਰਹਿੰਦੇ ਹੋ ਜੀ ਤੁਹਾਨੂੰ ਨਹੀਂ ਲੱਗਦਾ ਕਿ ਪੈਸੇ ਪੂਸੇ ਹੋਣੇ ਚਾਹੀਦੇ ਜਾਂ ਨਹੀਂ ਹੋਣੇ ਚਾਹੀਦੇ ਅਕਸਰ ਬੜੇ ਵੱਡੇ ਵੱਡੇ ਪ੍ਰਾਨ ਵੀ ਲੈ ਹੋਏ ਨੇ ਤੁਸੀਂ ਕਿ ਪਰ ਮੈਂ ਹੜਾਂ ਵਾਲੇ ਦਿਨਾਂ ਚ ਬਹੁਤ ਮਹਿਸੂਸ ਕੀਤਾ ਵੀ ਤੁਸੀਂ ਬਹੁਤ ਲੋਕਾਂ ਦੇ ਨੇੜੇ ਜਾ ਕੇ ਖੜੇ ਜੀ ਜਿੱਥੇ ਲੋਕ ਘਰਾਂ ਚ ਬੈਠੇ ਸੀ ਹਾਲਾਂਕਿ ਮੈਨੂੰ ਬਾਅਦ ਚ ਇੱਕ ਗੱਲ ਹੋਰ ਵੀ ਲੱਗੀ ਕਿ ਜਦੋਂ ਹੜ ਪਿੰਡਾਂ ਚ ਮਾਰ ਕਰਿਆ ਤਾਂ ਉਦੋਂ ਪਿੰਡਾਂ ਵਾਲੇ ਪਿੰਡਾਂ ਦਾ ਸਾਥ ਦਿੱਤਾ ਸ਼ਹਿਰਾਂ ਨੇ ਸ਼ਾਇਦ ਘੱਟ ਦਿੱਤਾ ਸੀ ਜੀ ਜੀ ਪਰ ਜਦੋਂ ਸ਼ਹਿਰ ਚ ਆਇਆ ਤਾਂ ਪਿੰਡ ਵਾਲੇ ਖੜ ਗਏ ਸੀ ਬਹੁਤ ਜ਼ਿਆਦਾ ਹੂੰ ਮਤਲਬ ਦੇਖੋ ਜਿਹੜੇ ਇਹ ਦਿਨ ਨੇ ਜੀ ਅਸੀਂ ਇਹਨਾਂ ਨੂੰ ਬਹੁਤ ਛੋਟਾ ਕਰਤਾ ਕਿਉਂਕਿ ਮੈਂ ਮਹਿਸੂਸ ਕਰਦਾ ਕਿ ਜਿਹੜੀਆਂ ਸ਼ਹਾਦਤਾਂ ਨੇ ਇਕੱਲੀਆਂ ਸਾਹਿਬਜ਼ਾਦੇ ਦੀਆਂ ਸ਼ਹਾਦਤਾਂ ਫਿਰ ਕਿੰਨੀਆਂ ਮਾਵਾਂ ਨੇ ਆਪਣੇ ਗਲਾਂ 'ਚ ਹਾਰ ਪਵਾਏ ਬੰਦ ਬੰਦ ਉਹਨਾਂ ਦਾ ਕੱਟਿਆ ਗਿਆ ਬੱਚਿਆਂ ਦੇ ਹਾਰ ਪਾਏ ਕਿੱਡੀਆਂ ਸਾਡੇ ਕਿੰਨੀਆਂ ਜ਼ਿਆਦਾ ਜਿਹੜੀਆਂ ਸ਼ਾਤਾਂ ਹੋਈਆਂ ਇਹਨਾਂ ਦਿਨਾਂ 'ਚ ਖਾਸ ਤੌਰ 'ਤੇ ਇਹਨਾਂ ਦਿਨਾਂ 'ਚ ਜੀ ਤੇ ਜਦੋਂ ਅਸੀਂ ਇਸ ਚੀਜ਼ ਨੂੰ ਮਹਿਸੂਸ ਕਰਦੇ ਆ ਨਾ ਪਰ ਮੈਨੂੰ ਉਦੋਂ ਇਹ ਲੱਗਦਾ ਹੈਗਾ ਵੀ ਜਿਵੇਂ ਹੁਣ ਮੇਰਾ ਪ੍ਰਣ ਕੀ ਸੀਗਾ ਕਿ ਮੈਂ ਇੱਕ ਛੋਟਾ ਜਿਹਾ ਕੀ ਕਰ ਸਕਦਾ ਕਿ ਮੈਂ ਸਾਹਿਬਜ਼ਾਦਿਆਂ ਨੂੰ ਇੱਕ ਸ਼ਰਦਾ ਦੇ ਫੁੱਲ ਭੇਟ ਕਰ ਸਕਾਂ ਸੋ ਮੈਂ ਆਪਣੀ ਜ਼ਿੰਦਗੀ 'ਚ ਇੱਕ ਪ੍ਰਣ ਕੀਤਾ ਕਿ ਮੈਂ ਆਪਣੇ ਬੱਚੇ ਦੀ ਖਾਤਰ ਕਿਸੇ ਵੀ ਹੋਰ ਬੱਚੇ ਦਾ ਜਿਹੜਾ ਹੈਗਾ ਹੱਕ ਨਹੀਂ ਖਾਊਂਗਾ ਹੂੰ ਉਹ ਕਿਸੇ ਵੀ ਫੀਲਡ ਚ ਜਾਂਦਾ ਹੈ ਉਹ ਚਾਹੇ ਕੋਈ ਜੌਬ ਦੇ ਫੀਲਡ ਜਾਂਦਾ ਹੈ ਉਹ ਕੋਈ ਸਪੋਰਟਸ ਚ ਜਾਂਦਾ ਹੈ ਕਿਤੇ ਉਹਦੀ ਐਡਮਿਸ਼ਨ ਕਰਾਉਣੀ ਹੈ ਤਾਂ ਅਸੀਂ ਫੰਡ ਚੱਕੀ ਫਿਰਦੇ ਆਂ ਹੱਥਾਂ ਚ ਪੈਸੇ ਹੁੰਦੇ ਆ ਸਾਡੇ ਆ ਸਾਡੇ ਕੋਲ ਅਪਰੋਚ ਹੁੰਦੀ ਆ ਕਿਸੇ ਸਰਕਾਰੀ ਅਫਸਰ ਦੀ ਜਾਂ ਕਿਸੇ ਚੰਗੇ ਲੀਡਰ ਦੀ ਹੂੰ ਪਰ ਮੈਂ ਸਮਝਦਾ ਵੀ ਸਾਨੂੰ ਇਹ ਚੀਜ਼ ਨਹੀਂ ਕਰਨੀ ਚਾਹੀਦੀ ਜੇ ਅਸੀਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਸੱਚੇ ਪੁੱਤਾਂ ਕਿਉਂਕਿ ਜੇ ਉਹਨਾਂ ਨੇ ਜਿਹੜੀ ਇਹ ਸ਼ਹਾਦਤ ਗੁਰੂ ਸਾਹਿਬ ਕਹਿੰਦੇ ਆ ਚਾਰ ਮੋਏ ਤੋਂ ਕਿਆ ਹੂਆ ਜ਼ੀਬਤ ਕਈ ਹਜ਼ਾਰ ਹੂੰ ਸੋ ਉਹਨਾਂ ਨੇ ਤਾਂ ਸਾਡੇ ਲਈ ਵਾਰਿਆ ਨਾ ਜੇ ਉਹ ਪਰਸਨਲੀ ਆਪਣੇ ਅਸੀਂ ਤਾਂ ਇਹੀ ਸਿੱਖਿਆ ਨਾ ਵੀ ਉਹਨਾਂ ਨੇ ਸਾਡੇ ਲਈ ਸਰਬੰਸ ਭਾਰਤ ਆਪਣਾ ਸਾਰਾ ਕੁਝ ਵਾਰਤਾ ਸੋ ਜਦੋਂ ਤੁਸੀਂ ਕਿਸੇ ਬੱਚੇ ਲਈ ਆਪਣੇ ਬੱਚੇ ਦੇ ਸਵਾਰਥ ਲਈ ਤੁਸੀਂ ਪੈਸੇ ਦਿੰਦੇ ਹੋ ਕਿਸੇ ਹੋਰ ਦੇ ਹੱਕ ਖਾ ਜਾਂਦੇ ਹੱਕ ਖਾ ਰਹੇ ਹੋ ਤੁਸੀਂ ਤਾਂ ਉਹਨੂੰ ਯਾਦ ਕਰੋ ਕਿ ਗੁਰੂ ਸਾਹਿਬ ਨੇ ਸਾਨੂੰ ਕੀ ਸਿਖਾਇਆ ਸਾਡੀ ਕ੍ਰਪਸ਼ਨ ਆਪਣੇ ਆਪ ਖਤਮ ਹੋ ਜਾਣੀ ਹੈ। ਮਿਹਨਤ ਕਰਾਓ ਬੱਚੇ ਨੂੰ। ਤੁਹਾਡਾ ਬੱਚਾ ਉਸ ਕਾਬਲ ਬਣੇ, ਜੇ ਉਹ ਕਾਬਲ ਨਹੀਂ ਉਹਨੂੰ ਮਿਹਨਤ ਕਰਾਓ। ਨਹੀਂ ਆ ਤਾਂ ਕਿਸੇ ਦਾ ਹੱਕ ਨਾ ਖਾਓ। ਮੈਂ ਜ਼ਿੰਦਗੀ ਚ ਇਹੀ ਪ੍ਰਣ ਕੀਤਾ ਕਿ ਬੱਚੇ ਮੈਂ ਬੇਟੇ ਨੂੰ ਵੀ ਕਿਹਾ ਆਪਣੇ ਨੂੰ ਕਿ ਮੈਨੂੰ ਕਦੇ ਕਹੀ ਨਾ ਨਾ ਮੈਂ ਕਰਨਾ। ਹਾਂ ਤੈਨੂੰ ਉਸ ਫੀਲਡ ਲਈ ਕੋਈ ਵੀ ਚੀਜ਼ ਦੀ ਲੋੜ ਹੈ, ਜ਼ਰੂਰਤ ਹੈ, ਤੂੰ ਮੈਨੂੰ ਕਹਿ ਚਾਹੇ ਮੈਂ ਦਿਹਾੜੀ ਕਰਕੇ ਕਮਾ ਕੇ ਦਵਾਂ ਤੈਨੂੰ। ਚਾਹੇ ਮੈਂ ਆਪ ਕਰਾਂ ਚਾਹੇ ਤੂੰ ਕਿਸੇ ਸਪੋਰਟਸ ਜਾਣਾ ਹੈ ਮਿਹਨਤ ਕਰ ਮਿਹਨਤ ਕਰਕੇ ਉੱਪਰ ਜਾਏਗਾ ਆਪਾਂ ਤੇਰੇ ਨਾਲ ਆ ਭਾਈ ਨਹੀਂ ਆਪਣੇ ਹੱਥ ਖੜੇ ਨੇ ਮੈਂ ਕਿਸੇ ਬੱਚੇ ਦਾ ਤੇਰੇ ਕਰਕੇ ਸਵਾਰ ਜਿਹੜਾ ਸੁਣਣ ਵਾਲੇ ਨੂੰ ਇਹ ਗੱਲ ਛੋਟੀ ਲੱਗ ਸਕਦੀ ਜਿਵੇਂ ਪਰ ਇਹ ਆ ਗੱਲ ਦੇ ਬਹੁਤ ਵੱਡੇ ਅਰਥ ਨੇ ਅਕਸਰ ਜਦੋਂ ਆਪਾਂ ਇਹ ਗੱਲ ਕਰਦੇ ਆ ਲੋਕਾਂ ਕੋਲੇ ਤਾਂ ਅਗਲਾ ਕਹਿੰਦਾ ਯਾਰ ਆਪਣੇ ਬੱਚੇ ਲਈ ਆਪਾਂ ਕਿਉਂ ਨਾ ਕਰੀਏ ਕਿਉਂ ਨਾ ਕਰੀਏ ਪਰ ਨਹੀਂ ਸਾਡੀ ਜਿਹੜੀ ਗੁਰੂ ਸਾਹਿਬਾਨ ਸਾਨੂੰ ਇਹੀ ਦੱਸ ਕੇ ਗਏ ਨੇ ਕਿ ਸਾਰੇ ਸਾਡੀ ਬੱਚੇ ਆ ਜਿਵੇਂ ਹੁਣ ਮੈਂ ਪਿੰਡੋਂ ਬੱਚੇ ਲੈ ਕੇ ਆਇਆ ਉਰੇ ਪਿੰਡ ਵਿਰਾਸਤ ਮੈਂ 4 ਸਾਲ ਬੱਚਿਆਂ ਨੂੰ ਫ੍ਰੀ ਆਫ ਕੋਸਟ ਫੁੱਟਬਾਲ ਆਪਣਾ ਪਰਸਨਲ ਗਰਾਊਂਡ ਬਣਾਇਆ ਤਾਂ ਮੈਂ ਉਹਨਾਂ 'ਚ ਆਪਣਾ ਹੀ ਬੱਚਾ ਦੇਖਦਾ ਸੀ ਕਿ ਨਹੀਂ ਹਰੇ ਚੰਗੇ ਕੰਮ ਲੱਗਣ ਚੰਗੇ ਪਾਸੇ ਜਾਣ ਉਹ ਵੀ ਮੈਨੂੰ ਇਹ ਲੱਗਦਾ ਕਿ ਜੇ ਮੇਰਾ ਬੱਚਾ ਹੈ ਤਾਂ ਜੇ ਕਿਸੇ ਕਿਸੇ ਵੀ ਹੋਰ ਪਰਿਵਾਰ ਦਾ ਬੱਚਾ ਉਸ ਜਗ੍ਹਾ ਲਈ ਫਿੱਟ ਹੈ ਉਸ ਜਗ੍ਹਾ ਲਈ ਉਹਨੇ ਅੱਛੇ ਮਾਰਕਸ ਲਏ ਆ ਜਾਂ ਉਹ ਸਪੋਰਟਸ 'ਚ ਮੇਰੇ ਬੇਟੇ ਨਾਲੋਂ ਬੈਟਰ ਹੈ ਤਾਂ ਉਹ ਵੀ ਮੇਰਾ ਹੀ ਬੱਚਾ ਹੈ ਤਾਂ ਮੈਂ ਜ਼ਿੰਦਗੀ 'ਚ ਉਹਦਾ ਕਦੇ ਹੱਕ ਨਹੀਂ ਖਾਵਾਂ ਹੂੰ ਇਹ ਦਿਨ ਨੇ ਜਿਹੜੇ ਦਿਨਾਂ ਦੇ ਵਿੱਚ ਅਸੀਂ ਗੁਰੂ ਸਾਹਿਬਾਨਾਂ ਨੂੰ ਯਾਦ ਕਰਦੇ ਹਾਂ ਸ਼ਹੀਦਾਂ ਨੂੰ ਯਾਦ ਕਰਦੇ ਹਾਂ ਉਹ ਨਿੱਕੇ ਬੱਚਿਆਂ ਨੂੰ ਯਾਦ ਕਰਦੇ ਹਾਂ ਵੀ ਇਡੀ ਛੋਟੀ ਉਮਰ ਦੇ ਵਿੱਚ ਸਾਡੇ ਸਾਡੇ ਸਮਾਜ ਦੇ ਲਈ ਸਾਡੀ ਲੋਕਾਈ ਦੇ ਲਈ ਆਪਾਂ ਬਾਰਗੇ ਨੇ ਜੀ ਪਰ ਜਦੋਂ ਆਪਾਂ ਦੇਖਦੇ ਹਾਂ ਨਾ ਦਿਨਾਂ ਨੂੰ ਬੱਸ ਤਾਂ ਮੈਂ ਕਹਿੰਦਾ ਜਿੰਨੇ ਵੀ ਦਿਨ ਨੇ ਕੋਈ ਵੀ ਪਾਲਾ ਉਹ ਸਾਰੇ ਦਿਨ ਯਾਦ ਕਰਨਾ ਹੀ ਚਾਹੀਦਾ ਯਾਦ ਕਰਨਾ ਚਾਹੀਦਾ ਅਸੀਂ ਆਪਣੇ ਬੱਚਿਆਂ ਨੂੰ ਪੜਾਈਏ ਇਤਿਹਾਸ ਪੜਾਈਏ ਜੀ ਜਿਵੇਂ ਉਹ ਫਿਲਮ ਆਈ ਸੀਗੀ ਚਾਰ ਸਹਿਬ ਜਾਦੇ ਬਹੁਤ ਮੈਨੂੰ ਲੱਗਿਆ ਕਿ ਵੀ ਬਹੁਤ ਅਸਰ ਕੀਤਾ ਬੱਚਿਆਂ ਨੂੰ ਪਤਾ ਲੱਗਿਆ ਵੀ ਹਾਂ ਕਿ ਵੀ ਬੱਚਿਆਂ ਨੂੰ ਪਤਾ ਲੱਗਿਆ ਮੇਰਾ ਬੇਟਾ ਉਹ ਫਿਲਮ ਨੂੰ ਅੱਜ ਵੀ ਦੇਖਦਾ ਹੈਗਾ ਉਹਨੂੰ ਪਤਾ ਲੱਗਦਾ ਵੀ ਹਾਂ ਇਹ ਚੀਜ਼ਾਂ ਵਾਪਰੀਆਂ ਸੀ ਜੀ ਤਾਂ ਤੁਸੀਂ ਕਿਵੇਂ ਮਹਿਸੂਸ ਕਰਦੇ ਹੋ ਇਹਨਾਂ ਦਿਨਾਂ ਦੇ ਵਿੱਚ ਜਦੋਂ ਲੋਕ ਜਾਂਦੇ ਨੇ ਨਾਤਮਸਤਕ ਹੁੰਦੇ ਨੇ ਖਾਸ ਤੌਰ ਤੇ ਇਹਨਾਂ ਦਿਨਾਂ ਦੇ ਵਿੱਚ ਬਾਕੀ ਦਿਨਾਂ ਦੇ ਵਿੱਚ ਅਸੀਂ ਕਿਉਂ ਮਨਫੀ ਕਰ ਦਿੰਦੇ ਹਾਂ ਨਹੀਂ ਦੇਖੋ ਜੀ ਮੇਰੀ ਸਮਝ ਇਹ ਕਹਿੰਦੀ ਹੈ ਕਿ ਅਸੀਂ ਉਹੀ ਗੱਲ ਆ ਜਾਂਦੀ ਹੈ ਨਾ ਮੋੜਕੋੜ ਕੇ ਕਿ ਅਸੀਂ ਜਦੋਂ ਇਹ ਚੀਜ਼ ਇਹ ਦਿਨਾਂ ਨੂੰ ਯਾਦ ਕਰਦੇ ਹਾਂ ਤਾਂ ਅਸੀਂ ਹਫ਼ਤੇ ਲਈ ਸਾਰਾ ਕੁਝ ਛੱਡ ਦਿੰਨੇ ਆ ਉਹਦੇ ਵਿੱਚ ਮੈਂ ਵੀ ਸ਼ਾਮਲ ਆ ਅਸੀਂ ਹਫ਼ਤੇ ਲਈ ਮੈਂ ਕਾਹਾਂ ਵੀ ਨਹੀਂ ਜੀ ਮੈਂ ਇਦਾਂ ਕਰਦਾ ਨਹੀਂ ਅਸੀਂ ਸਾਰੇ ਹੀ ਸ਼ਾਮਲ ਆ ਮੇਰੇ ਹਿਸਾਬ ਨਾਲ ਜਿੱਡੀਆਂ ਇਹ ਸ਼ਹਾਦਤਾਂ ਨੇ ਇਹ ਸੱਤ ਜਨਮ ਛੱਡੋ ਤੁਸੀਂ ਕਿੰਨੇ ਹੀ ਜਨਮ ਲੈ ਲਓ ਤਾਂ ਉਹਨਾਂ ਦਾ ਅਸੀਂ ਜਿਹੜਾ ਕਰਜ਼ਾ ਨਹੀਂ ਦੇ ਸਕਦੇ ਹੂੰ ਮਲੇ ਅਸੀਂ ਇੱਕ ਬੜਾ ਹੀ ਲਿਆ ਕੇ ਨਹੀਂ ਜੀ ਆਹੀ ਦਿਨ ਅਸੀਂ ਸ਼ੀਸ਼ਾ ਨੂੰ ਯਾਦ ਕਰਨਾ ਸੋ ਗੱਲ ਇਹੀ ਹੈ ਆ ਜਾਂਦੀ ਹੈ ਜੀ ਮੋੜ ਕੋੜ ਕੇ ਉਹੀ ਕਿ ਉਸ ਤੋਂ ਬਾਅਦ ਅਸੀਂ ਆਪਣੇ ਰੁਝੇਮਿਆਂ ਚ ਰੁਝਿਆ ਨੇ ਰੁਝਿਆ ਨੇ ਰੁਝੇਮਿਆਂ ਚ ਰੁਝਿਆ ਨੇ ਸਭ ਤੋਂ ਵੱਡੀ ਗੱਲ ਮੈਂ ਉਹੀ ਤੁਹਾਨੂੰ ਬਾਰ-ਬਾਰ ਇਹ ਯਾਦ ਕਰਨਾ ਇਹੀ ਆ ਵੀ ਇਮਾਨਦਾਰੀ ਹਾਂ ਇਮਾਨਦਾਰੀ ਹੋਣੀ ਚਾਹੀਦੀ ਤੁਹਾਡੇ ਮੇਰੇ ਮੈਂ ਉਹੀ ਗੱਲ ਤੇ ਆ ਰਿਹਾ ਸੀ ਕਿ ਮੈਨੂੰ ਤਾਂ ਸਿਰਫ ਇਹੀ ਹੈ ਕਿ ਮੇਰੇ ਬੱਚੇ ਦੇ ਪ੍ਰਤੀ ਜੋ ਮੇਰੇ ਫਰਜ਼ ਨੇ ਜਾਂ ਮੇਰੇ ਬੱਚਾ ਜਿੱਥੇ ਸਟੈਂਡ ਕਰਦਾ ਜਿੱਥੇ ਉਹਦੀ ਕਾਬਲੀਅਤ ਸਟੈਂਡ ਕਰਦੀ ਆ ਤਾਂ ਮੇਰਾ ਤਾਂ ਇਹੀ ਹੈ ਕਿ ਮੈਂ ਉੱਥੇ ਉਹਨੂੰ ਰੱਖਾਂ ਕਿਸੇ ਦਾ ਹੱਕ ਨਾ ਖਾਵਾਂ ਮੇਰੇ ਲਈ ਤਾਂ ਇਹੀ ਸਭ ਕੁਝ ਹੈ ਹੱਕ ਨਹੀਂ ਖਾਣਾ ਕਿਸੇ ਦਾ ਨਹੀਂ ਖਾਣਾ ਚਾਹੀਦਾ ਇਹੀ ਸਿੱਖਿਆ ਸੀਗੀ ਇਹੀ ਸਿੱਖਿਆ ਹੈ ਤੁਸੀਂ ਦੂਸਰੇ ਹੁਣ ਤੁਸੀਂ ਛੋਟੀ ਜੀ ਐਗਜ਼ਾਮਪਲ ਲਾ ਲਈਏ ਕਿ ਸਾਡੇ ਅਸੀਂ ਦੇਖ ਰਹੇ ਹਾਂ ਕਿੰਨੇ ਗੁਰਸਿੱਖ ਬੰਦੇ ਆ ਜਿਹੜੇ ਨਸ਼ੇ ਵੇਚਦੇ ਫੜੇ ਜਾ ਰਹੇ ਆ ਆ ਇੱਕ ਦੋ ਤਿੰਨ ਅੰਦਰ ਪਹਿਲਾਂ ਦੀ ਘਟਨਾ ਹੀ ਸਾਡਾ ਸ਼ੇਰ ਮਾਜਰਾ ਪਿੰਡ ਇਸ ਚੀਜ਼ ਲਈ ਬਦਨਾਮ ਹੈ ਜੀ ਤਾਂ ਮੈਂ ਉਹਨਾਂ ਨੂੰ ਵੀ ਕਈ ਵਾਰ ਪਿੰਡ 'ਚ ਇਕੱਠ ਹੋਇਆ ਤਾਂ ਮੈਂ ਇਹੀ ਕਹਿੰਦਾ ਯਾਰ ਜਿਹੜੇ ਬੱਚਿਆਂ ਨੂੰ ਤੁਸੀਂ ਖਵਾ ਰਹੇ ਹੋ ਉਹ ਕੌਣ ਨੇ ਉਹ ਵੀ ਤੁਹਾਡੇ ਹੀ ਬੱਚੇ ਨੇ ਤੁਸੀਂ ਉਹਨਾਂ ਦੀ ਜ਼ਿੰਦਗੀ ਖਤਮ ਕਰ ਰਹੇ ਹੋ ਕਾਦੇ ਲਈ ਪੈਸੇ ਲਈ ਗੁਰੂ ਸਾਹਿਬਾਨਾਂ ਨੇ ਦੱਸੋ ਮੈਨੂੰ ਕਿਹੜੇ ਗੁਰੂ ਸਾਹਿਬਾਨ ਸ਼ਹੀਦ ਯੋਧੇ ਸੂਰਮੇ ਚਰਖਰਿਆਂ ਤੇ ਚੜ ਗਏ ਅਸੀਂ ਤਤੀਆਂ ਤਵੀਆਂ ਤੇ ਬਹਿ ਗਏ ਸਾਡੇ ਗੁਰੂ ਸਾਡੇ ਤੇ ਉਹਨਾਂ ਨੇ ਇਸ ਚੀਜ਼ ਨੂੰ ਠੋਕਰ ਮਾਰ ਕੇ ਸਰਬੱਤ ਦਾ ਭਲਾ ਚਾਹਿਆ ਤੇ ਅਸੀਂ ਉਸ ਸਰਬਸਤ ਦਾ ਜਿਹੜਾ ਹੈਗਾ ਬਹੁਤ ਭਾਰੀ ਨੁਕਸਾਨ ਕਰ ਰਹੇ ਆਂ ਅਸੀਂ ਆਪਣੀ ਮਿੱਟੀ ਦਾ ਜਿਹੜੀ ਮਿੱਟੀ ਸਾਡੇ ਸ਼ਹੀਦ ਯੋਧੇ ਸੂਰਮਿਆਂ ਦੇ ਖੂਨ ਨਾਲ ਸਿੰਜੀ ਜੀ ਹੋਈ ਹੈ ਉਹਨੂੰ ਅਸੀਂ ਕਿਹੜੀ ਦਲਦਲ 'ਚ ਸੱਟ ਰਹੇ ਆਂ ਕਾਦੇ ਲਈ ਸਵਾਰਥ ਲਈ ਪੈਸੇ ਲਈ ਜਿਹਦਾ ਅਸੀਂ ਜਦੋਂ ਅਸੀਂ ਕਿਤੇ ਕਿਸੇ ਸੰਸਕਾਰ ਤੇ ਜਾਣੇ ਤਾਂ ਹਰ ਬੰਦੇ ਦੇ ਮੂੰਹ ਦੇ ਵਿੱਚ ਇਹ ਜ਼ਬਾਨ ਹੁੰਦੀ ਹੈ ਕਿ ਯਾਰ ਇੱਥੋਂ ਕੀ ਲੈ ਕੇ ਜਾਣਾ ਪਰ ਜਦੋਂ ਉੱਥੋਂ ਆ ਜਾਂਦਾ ਵਾਪਸ ਉਹੀ ਫਿਰ ਚੱਲ ਪੈਂਦਾ ਪੈਸੇ ਖਾਣ ਦਾ ਸਿਲਸਿਲਾ ਉਹੀ ਚੀਜ਼ਾਂ ਫਿਰ ਦੁਬਾਰਾ ਸ਼ੁਰੂ ਹੋ ਜਾਂਦੀ ਹੈ ਬੰਦਾ ਬੈਠਾ ਇਹ ਗੱਲ ਕਰੀ ਉਹਦੇ ਬੰਦੇ ਦਾ ਤਾਂ ਪਲਦਾ ਨਹੀਂ ਪਤਾ ਪਲਦਾ ਨਹੀਂ ਪਤਾ ਤੁਹਾਨੂੰ ਫਿਰ ਬਾਅਦ ਚ ਬੰਦਾ ਫਿਰ ਉਹੀ ਸੋਚਣ ਲੱਗ ਜਾਂਦਾ ਦੇਖੋ ਜੀ ਜ਼ਿੰਦਗੀ ਚ ਸਬਰ ਜੀ ਸਾਦਗੀ ਹੋਣੀ ਬਹੁਤ ਜ਼ਰੂਰੀ ਹੈ ਤੁਹਾਨੂੰ ਸਬਰ ਹੋਣਾ ਚਾਹੀਦਾ ਗੁਰੂ ਪਾਤਸ਼ਾਹ ਮਹਾਰਾਜ ਨੇ ਸਾਨੂੰ ਇੰਨੀ ਸੋਹਣੀ ਜ਼ਮੀਨ ਦਿੱਤੀ ਐ ਐਨਾ ਸੋਹਣਾ ਅਨਾਜ ਦਿੱਤੇ ਐ ਤੇ ਤੁਹਾਨੂੰ ਕੱਪੜੇ ਪਾਉਣ ਨੂੰ ਤਨ ਤੇ ਦੋ ਕੱਪੜੇ ਹੋਣੇ ਚਾਹੀਦੇ ਆ ਤੁਹਾਡੀਆਂ ਜਿਹੜੀਆਂ ਲੋੜਾਂ ਬਹੁਤ ਸੀਮਤ ਹੋਣੀਆਂ ਚਾਹੀਦੀਆਂ ਮੈਂ ਇਹ ਨਹੀਂ ਕਹਿੰਦਾ ਤੁਸੀਂ ਮਿਹਨਤ ਕਰਨੀ ਛੱਡ ਦਿਓ ਮਿਹਨਤ ਕਰੋ ਪਰ ਦਸ ਨੌ ਦੀ ਮਿਹਨਤ ਕਰਕੇ ਉੱਪਰ ਵੱਧੋ ਉਹ ਚੇ ਆ ਵੀ ਤੁਸੀਂ ਘੱਟ ਕਮਾ ਲੋਗੇ ਪਰ ਉਹ ਚ ਸਬਰ ਸੰਤੋਖ ਬਹੁਤ ਐ ਰਾਤ ਨੂੰ ਨੀਂਦ ਬਹੁਤ ਸੋਹਣੀ ਆਉਂਦੀ ਐ ਇਹਨਾਂ ਦਿਨਾਂ 'ਚ ਫਿਰ ਯਾਦ ਕਰਨ ਜਦੋਂ ਯਾਦ ਕਰਦੇ ਆ ਜੀ ਜੇ ਮੈਂ ਬਗਲ ਕੀਤੀ ਹੈ ਕਿ ਬੱਚਿਆਂ ਤੱਕ ਇਤਿਹਾਸ ਪਤਾ ਹੋਣਾ ਚਾਹੀਦਾ ਬੱਚਿਆਂ ਨੂੰ ਜੀ ਇਹਨਾਂ ਜਿਵੇਂ ਦਾਦੀਆਂ ਨਾਨੀਆਂ ਜਿਵੇਂ ਆਪਣੇ ਸਮੇਂ 'ਚ ਗੱਲ ਕਰ ਇਹਨਾਂ ਦਿਨਾਂ 'ਚ ਖਾਸ ਤੌਰ ਤੇ ਕਹਾਣੀ ਸੁਣਾਉਂਦੀਆਂ ਹੁੰਦੀ ਸੀਗੇ ਵੀ ਐ ਹੋਇਆ ਸੀ ਹੁਣ ਅਸੀਂ ਬੱਚਿਆਂ ਨੂੰ ਗੱਲ ਹੀ ਨਹੀਂ ਦੱਸ ਦੇਗੇ ਵੀ ਵਾਪਰੀ ਕੀ ਹੈ ਬੱਚਿਆਂ ਨੂੰ ਪਤਾ ਹੀ ਨਹੀਂ ਹੁੰਦਾ ਨਹੀਂ ਇਹ ਮੈਂ ਤੁਹਾਡੀ ਇਹ ਗੱਲ ਮੈਂ ਹੁਣ ਜਦੋਂ ਬੇਟੇ ਨੂੰ ਸਕੂਲ ਲੈ ਕੇ ਜਾਂਦਾ ਜੀ ਤਾਂ ਮੈਂ ਉਹਨਾਂ ਨੂੰ ਇਹ ਗੱਲਾਂ ਜਿਹੜੀਆਂ ਇਹਗੀਆਂ ਨੇ ਤਾਂ ਮੈਂ ਉਹਨੂੰ ਇੱਕ ਟੌਪਿਕ ਵੀ ਦਿੰਨਾ ਕਿ ਬੇਟਾ ਤੂੰ ਇਹ ਅੱਜ ਆਹ ਟੌਪਿਕ ਤੇ ਗੂਗਲ ਤੇ ਸਰਚ ਕਰ ਪੜ ਸਾਡਾ ਇਤਿਹਾਸ ਕੀ ਹੈ ਜਿਵੇਂ ਮੇਰੇ ਮਨ ਚ ਸੀਗਾ ਕਿ ਮੇਰਾ ਬੇਟਾ ਪਹਿਲਾ ਸ਼ਬਦ ਵਾਹਿਗੁਰੂ ਬੋਲੇ ਤਾਂ ਮੈਨੂੰ ਖੁਦ ਨੂੰ ਹੈਰਾਨਗੀ ਸੀ ਕਿ ਜਦੋਂ ਤੁਸੀਂ ਸੱਚੀ ਨੀਤ ਨਾਲ ਸੱਚੇ ਮਨ ਨਾਲ ਕੋਈ ਗੱਲ ਕਰਦੇ ਹੋ ਉਹ ਥੋੜੀ ਪੂਰੀ ਹੁੰਦੀ ਹੈ ਜਦੋਂ ਕਾਲਪੁਰਖ ਵਾਹਿਗੁਰੂ ਨੂੰ ਤੁਸੀਂ ਬਿਲਕੁਲ ਹਾਜ਼ਰ ਨਾਜ਼ਰ ਜਾਣ ਕੇ ਦਿਲੋਂ ਕੋਈ ਉਹ ਤੋਂ ਕੋਈ ਨਾਲ ਤੁਸੀਂ ਮੰਗ ਕਰਦੇ ਹੋ ਵੀ ਯਾਰ ਮੈਨੂੰ ਇਹ ਸੀ ਵਾਹਿਗੁਰੂ ਸ਼ਬਦ ਨਿਕਲਣਾ ਚਾਹੀਦਾ ਮੇਰੇ ਬੇਟੇ ਤੁਸੀਂ ਭਗਤ ਜੀ ਦੇਖੋ ਵੀ 2 ਮਹੀਨੇ 6 ਦਿਨ ਦਾ ਸੀਗਾ ਜਦੋਂ ਨੇ ਵਾਹਿਗੁਰੂ ਸ਼ਬਦ ਬੋਲਤਾ ਸੀ ਕੁੱਲ 2 ਮਹੀਨੇ 6 ਦਿਨ ਦਾ 2 ਮਹੀਨੇ 6 ਦਿਨ ਦਾ ਬੱਚਾ ਤਾਂ ਬੋਲ ਨਹੀਂ ਸਕਦਾ ਸਾਲ ਤੱਕ ਜਾ ਕੇ ਮੈਂ ਤੁਹਾਨੂੰ ਵੀਡੀਓ ਦਵਾਂਗਾ ਸਾਲ ਦਾ ਜਾ ਕੇ ਬੱਚਾ ਬੋਲ ਲੱਗਦਾ ਨਹੀਂ ਮੇਰੇ ਮਨ 'ਚ ਸੀ ਉਹੀ ਹੈ ਨਾ ਗੱਲ ਤਾਂ ਉਹ ਸਕਾਲਪੁਰਖ ਦੀ ਆ ਕਿ ਥੋੜੀ ਤੁਸੀਂ ਉਹ ਤੋਂ ਕਿਵੇਂ ਮੰਗਿਆ ਕਿਉਂਕਿ ਉਹ 'ਚ ਮੇਰਾ ਲਾਲਚ ਨਹੀਂ ਸੀ ਅਸੀਂ ਪੈਸੇ ਮੰਗਦੇ ਆ ਮੈਂ ਕਹਿੰਦਾ ਉਹਨੇ ਤਾਂ ਸਾਨੂੰ ਇੰਨਾ ਕੁਝ ਐਡੀ ਸੋਹਣੀ ਦੇ ਦੇਤੀ ਐਨਾ ਸੋਹਣਾ ਸਰੀਰ ਦੇਤਾ ਹੋਰ ਉਹ ਇਸ ਤੋਂ ਵੱਧ ਕੀ ਦੇਊਗਾ ਪਰ ਸਾਡੀ ਜਿਹੜੀ ਲਾਲਸਾ ਹੈ ਉਹ ਪਰਦਾ ਨਹੀਂ ਕਿੰਨੇ ਪੈਸੇ ਇਕੱਠੇ ਕਰਨ ਦੀ ਹੈ ਕਿੰਨੇ ਕੁ ਸਾਡੇ ਕੋਲ ਪੈਸੇ ਆ ਜਾਣ ਪਰ ਅਸੀਂ ਉਹਨਾਂ ਤੋਂ ਦੁੱਖ ਨਹੀਂ ਮੰਗਦੇ ਜਿਵੇਂ ਮੈਂ ਖੁਦ ਕਹਿਣਾ ਵੀ ਵਾਹਿਗੁਰੂ ਦੇਖ ਮੇਰੇ ਜਿਹੜੇ ਦੁੱਖ ਨੇ ਉਹ ਤੂੰ ਮੈਨੂੰ ਦਈ ਮੈਂ ਨਹੀਂ ਕਿਸੇ ਤੋਂ ਆਪਣੇ ਦੁੱਖ ਕਿਸੇ ਤੇ ਪਾਉਣੇ ਦੁੱਖ ਵੇਲੇ ਅਸੀਂ ਉਹਨੂੰ ਨਿੰਦਣ ਲੱਗ ਜਾਂਦੇ ਆ ਜਿੰਨੇ ਸਾਡਾ ਇਤਿਹਾਸ ਜੇ ਅਸੀਂ ਪੜਦੇ ਆ ਸਾਡੇ ਇਤਿਹਾਸ ਚ ਮੈਨੂੰ ਦੱਸੋ ਤਾਂ ਸੁੱਖ ਕਿੱਥੇ ਮਿਲਿਆ ਹੂੰ ਦੁਖੀ ਦੁਖ ਮਿਲੇ ਆ ਫੇਰ ਵੀ ਉਹ ਕਹਿੰਦੇ ਤੇਰਾ ਭਾਣਾ ਮਿੱਠਾ ਲੱਗਿਆ ਚੜਦੀ ਕਲਾ ਚ ਰਹਿੰਦੇ ਸੀ ਹੂੰ ਪਰ ਅਸੀਂ ਸਾਡਾ ਜਿਹੜਾ ਸਮਾਜ ਆ ਹੁਣ ਵੱਖਰਾ ਹੋ ਗਿਆ ਮਾੜਾ ਜਿਹਾ ਦੁੱਖ ਆਉਂਦਾ ਨਹੀਂ ਜਦ ਦੀ ਰੋਣ ਲੱਗ ਜਾਂਦੇ ਆ ਹੂੰ ਜਦ ਦੀ ਪੇਟਣ ਲੱਗ ਜਾਂਦੇ ਆ ਨਹੀਂ ਗਲਤ ਹੈ ਅਕਾਲ ਪੁਰਖ ਦਾ ਭਾਣਾ ਹੈ ਵਾਹਿਗੁਰੂ ਦਾ ਉਹਨੂੰ ਮੰਨੋ ਹੱਸ ਕੇ ਮੰਨੋ ਉਹ ਤੁਹਾਡੇ ਅੰਗ ਸੰਗ ਹੈ ਸੋਕਾ ਉਹਦਾ ਸ਼ੁਕਰਾਨਾ ਕਰੋ ਜੀ ਜਿਵੇਂ ਇੱਕ ਛੋਟੀ ਜੀ ਮੈਂ ਤੁਹਾਡੇ ਨੂੰ ਉਦਾਹਰਨ ਮੇਰੇ ਮੇਰਾ ਆਪਰੇਟ ਹੋਇਆ ਜੀ 2015 ਚ ਜੀ ਬਹੁਤ ਵੱਡਾ ਆਪਰੇਸ਼ਨ ਸੀ ਮੈਂ ਸ਼ਾਰਟ ਚ ਦੱਸਦਾ ਤੁਹਾਨੂੰ ਮੈਂ ਕਾਲਪੁਰਖ ਨੂੰ ਸ਼ੁਕਰਾਨਾ ਕਰਿਆ ਮੈਂ ਸ਼ੁਕਰ ਹੈ ਪ੍ਰਮਾਤਮਾ ਤੂੰ ਮੈਨੂੰ ਇਹ ਦੁੱਖ ਦਿੱਤਾ ਤੁਸੀਂ ਭਗਤਾਂ ਜੀ ਯਕੀਨ ਕਰਿਓ 10ਵੇਂ ਦਿਨ ਮੈਨੂੰ ਡਾਕਟਰ ਨੇ ਜਿੱਦੇ ਮੇਰੇ ਮਤਲਬ ਸਟਿਚਸ ਕੱਟੇ 22 ਸਟਿਚ ਸਾਰੇ ਅੰਦਰਾਂ ਮੇਰੀਆਂ ਬਾਹਰ ਕੱਢੀਆਂ ਸਹੀ ਕਰੀਆਂ ਅੰਦਰ ਰੱਖੀਆਂ ਸੋ 10ਵੇਂ ਦਿਨ ਮੈਨੂੰ ਡਾਕਟਰ ਨੇ ਕਹਿਤਾ ਸੀ ਵੀ ਫਤੇ ਜੀ ਤੁਹਾਨੂੰ ਕੋਈ ਦਵਾਈ ਦੀ ਲੋੜ ਨਹੀਂ ਤੁਹਾਡਾ एवरीथिंग ਫਾਈਨ ਸਾਰਾ ਕੁਝ ਤੁਹਾਡਾ ਸਹੀ ਹੈ ਬਿਲਕੁਲ ਸਹੀ ਹੈ ਹੂੰ ਸਿਰਫ ਮੈਂ ਉਹਦਾ ਸ਼ੁਕਰਾਨਾ ਕਰਦਾ ਰਿਹਾ ਵੀ ਸ਼ੁਕਰ ਹੈ ਪ੍ਰਮਾਤਮਾ ਮੇਰਾ ਦੁੱਖ ਸੀ ਤੂੰ ਦਿੱਤਾ ਹੈ ਤੇਰਾ ਬੰਦਾ ਤੂੰ ਭੇਜਿਆ ਤੂੰ ਲੈ ਜਾਵੇਂਗਾ ਮੈਨੂੰ ਕੋਈ ਅਫਸੋਸ ਨਹੀਂ ਮੈਂ ਆਪਦੀ ਘਰਦਿਆਂ ਨੂੰ ਕਿਹਾ ਵੀ ਮੈਨੂੰ ਕੋਈ ਅਫਸੋਸ ਨਹੀਂ ਜੇ ਵਾਹਿਗੁਰੂ ਨੇ ਲੈ ਜਾਣਾ ਤਾਂ ਮੈਂ ਉਹਦੇ ਵੱਲੋਂ ਹੀ ਆਇਆ ਗਿਆ ਇੱਕ ਇਨਸਾਨ ਆ ਦੇ ਲੈ ਜਾਊਗਾ ਕੋਈ ਗੱਲ ਨਹੀਂ ਪਰ ਮੈਂ ਇਨਾਂ ਨੂੰ ਜ਼ਰੂਰ ਕਿਹਾ ਵਾਹਿਗੁਰੂ ਮੈਨੂੰ ਹਿੰਮਤ ਦੇਈ ਜੇ ਇਸ ਦੁੱਖ ਚੋਂ ਮੈਨੂੰ ਕੱਢਣ ਦੀ ਸ਼ਕਤੀ ਦਈ ਬਸ ਮੈਂ ਤੇਰੇ ਗੁਣ ਹੀ ਗਾਈ ਜਾਵਾਂ ਹੂੰ ਪਰ ਸਾਡੇ ਉਲਟ ਇੱਕ ਬੈੱਡ ਛੱਡ ਕੇ ਦੂਜਾ ਬੰਦਾ ਸੀਗਾ ਉਹ ਕਹਿੰਦੇ ਜੀ ਅਸੀਂ ਇਹ ਥੀਏਟਰ ਚੋਂ ਕੱਢਿਆ ਤੇ ਉਹਦੇ 10 ਬੰਦਿਆਂ ਨੇ ਫੜ ਕੇ ਰੱਖਿਆ ਉਹਨੂੰ ਉਹਦੇ ਪੰਜ ਚਾਰ ਰਜਾਈਆਂ ਦਿੱਤੀਆਂ ਕੰਬੇ ਉਹ ਤੇ ਉਹ ਵਾਇਗਰੂ ਨਿੰਦਰਿਆ ਕਿਉਂਕਿ ਆਪਰੇ ਸੱਟ ਲੱਗਦੀ ਐ ਤਾਂ ਅਸੀਂ ਉਹਨੂੰ ਨਿੰਦਣ ਬਹਿ ਜਾਂਦੇ ਆ ਪਰ ਦੇਖੋ ਸਾਡੇ ਗੁਰੂ ਸਾਹਿਬਾਨਾ ਨੇ ਐਡੀਆਂ-ਐਡੀਆਂ ਸੱਟਾਂ ਖਾ ਕੇ ਵੀ ਉਸ ਅਕਾਲ ਪੁਰਖ ਦੀ ਇਹ ਤੱਕ ਚਾਰ ਕਣੀਆਂ ਢੇਕਦੀਆਂ ਤਿੰਨ ਦਿਨ ਤੇ ਲੋਕ ਕਹਿਣ ਲੱਗਦੇ ਰੱਬ ਨੇ ਪੌਣੀਆਂ ਸ਼ੁਰੂ ਕਰਤੀਆਂ ਮਤਲਬ ਉਹ ਇੰਨੇ ਕੁਝ ਕਰਕੇ ਗੁਰੂ ਮਹਾਰਾਜ ਗੁਰੂਆਂ ਨੇ ਸਾਨੂੰ ਸਾਡੇ ਸਿਖਾਇਆ ਸਾਨੂੰ ਇੱਕ ਮੈਸੇਜ ਦਿੱਤਾ ਕਿ ਉਹਦੇ ਭਾਣੇ ਨੂੰ ਮਿੱਠਾ ਕਰਕੇ ਇਹ ਚੇਤਨਾ ਚੇਤਨਾ ਦਿਮਾਗ ਦੀ ਜਿਹੜੀ ਜਿਵੇਂ ਤੁਸੀਂ ਮਹਿਸੂਸ ਕਰਦੇ ਹੋ ਉਸ ਚੀਜ਼ ਨੂੰ ਵੀ ਆਪਾਂ ਜਿਵੇਂ ਸਾਡੇ ਗੁਰੂ ਸਾਹਿਬਾਨ ਤਾਂ ਕਹੇਗੇ ਕਿ ਇਹੋ ਜੀ ਕੋਈ ਸ਼ਕਤੀ ਤਾਂ ਹੈ ਨੀਗੀ ਪਰ ਇੱਕ ਹੌਸਲਾ ਜਿਵੇਂ ਤੁਸੀਂ ਕਹਿੰਦੇ ਕਿ ਮੈਨੂੰ ਹੌਸਲਾ ਮਿਲਿਆ ਨਹੀਂ ਸ਼ਕਤੀ ਤਾਂ ਪੋਜ਼ਿਟਿਵਿਟੀ ਹੈ ਜੀ ਪੋਜ਼ਿਟਿਵਿਟੀ ਦੀ ਗੱਲ ਮੈਂ ਕਰ ਰਿਹਾ ਹਾਂ ਹਾਂ ਪੋਜ਼ਿਟਿਵਿਟੀ ਹੈ ਤੁਸੀਂ ਪੋਜ਼ਿਟਿਵ ਰਹੋ ਹਰ ਹਰ ਸਮੇਂ ਚ ਧੁੱਪ ਪੈ ਰਹੀ ਹੈ ਗਰਮੀ ਪੈ ਰਹੀ ਹੈ ਪੋਜ਼ਿਟਿਵ ਰਹੋ ਗਰਮੀ ਘਟ ਜੂਗੀ ਆਪਣੇ ਆਪ ਹੀ ਤੁਹਾਨੂੰ ਲੱਗਣੀ ਅਸੀਂ ਭੱਜ ਕੇ ਏਸੀ ਜਾਨਨੇ ਆ ਕਿਉਂ ਹਾਏ ਮਰਗੇ 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 ਨਹੀਂ ਕਹਿਣਾ ਤੁਸੀਂ ਕਹੋ ਵੀ ਠੀਕ ਹੈ ਕਿਉਂਕਿ ਗਰਮੀ ਵੀ ਅਸੀਂ ਹੀ ਵਧਾ ਰਹੇ ਨਾ ਅਕਾਲਪੁਰਖ ਤਾਂ ਵਧਾ ਨਹੀਂ ਰਿਹਾ ਠੰਡ ਵਧ ਗਈ ਜੀ ਅਸੀਂ ਫਿਰ ਠੰਡ ਨੂੰ ਕਰਨ ਲੱਗ ਜਾਨੇ ਆ ਉਹ ਕੁਦਰਤ ਵੱਲੋਂ ਸਾਨੂੰ ਇੰਨਾ ਸੋਹਣਾ ਮੌਸਮ ਇੰਨਾ ਸਾਰਾ ਇਹ ਪੋਜ਼ਿਟਿਵਿਟੀ ਆ ਤੁਸੀਂ ਜਿੰਨਾ ਤੁਹਾਡੇ ਨਾਲ ਜੋ ਵੀ ਤਰਿਆ ਉਹ ਚੰਗਾ ਹੀ ਹੋ ਰਿਹਾ ਜੀ ਉਹ ਤੋਂ ਸਿੱਖਣ ਦੀ ਕੋਸ਼ਿਸ਼ ਕਰੋ ਜੀ ਮਾੜਾ ਸਮਾਂ ਹਰੇਕ ਇਨਸਾਨ ਤੇ ਮੈਨੂੰ ਇੱਕ ਬੰਦਾ ਦਿਖਾ ਦਿਓ ਜਿਹਦੇ ਮਾੜਾ ਸਮਾਂ ਨਹੀਂ ਆਉਂਦਾ ਜਿੰਨੇ ਬਾਬੇ ਨੇ ਜਿਹੜੇ ਕਹਿੰਦੇ ਆ ਆ ਸਾਡੇ ਗਵਾਂਢ 'ਚ ਇੱਕ ਬਾਬਾ ਹੈ ਉਹਨੂੰ ਲੋਕ ਇੰਨਾ ਮੰਨਦੇ ਆ ਇੰਨਾ ਰਸ਼ ਰਹਿੰਦਾ ਉਹਦੇ ਉਹਦਾ ਪਿੱਛੇ ਮੈਂ ਸੁਣਿਆ ਕਹਿੰਦੇ ਐਕਸੀਡੈਂਟ ਹੋ ਗਿਆ ਤੇ ਫਿਰ ਬਾਬੇ ਨੂੰ ਤਾਂ ਅੰਤਰੀਅਮੀ ਉਹਨੂੰ ਤਾਂ ਪਤਾ ਹੋਣਾ ਚਾਹੀਦਾ ਸੀ ਮੇਰਾ ਐਕਸੀਡੈਂਟ ਹੋਣਾ ਉਹਨੂੰ ਕਿਉਂ ਨਹੀਂ ਪਤਾ ਸੀ ਕਿਉਂਕਿ ਦੁੱਖ ਸੁੱਖ ਹਰ ਬੰਦੇ ਲਈ ਬਣਿਆ ਹਰ ਜੀਵ ਜੰਤੂ ਲਈ ਬਣਿਆ ਹਮ ਸੁੱਖ ਵੀ ਤੁਹਾਡੇ ਲਈ ਆ ਤੇ ਦੁੱਖ ਵੀ ਤੁਹਾਡੇ ਲਈ ਆ ਜੀ ਤੁਸੀਂ ਦੁੱਖ ਚ ਸ਼ੁਕਰਾਨਾ ਕਰੋ ਜੀ ਸੁਖਸ਼ਤਾ ਸੀ ਕਰਦੀ ਆ ਦੁੱਖ ਚ ਵੀ ਕਰੋ ਜਦੋਂ ਦੁੱਖ ਚ ਤੁਸੀਂ ਸ਼ੁਕਰਾਨਾ ਕਰੋਗੇ ਤੁਹਾਨੂੰ ਉਹ ਜਵੇਂ ਹੀ ਤੁਹਾਡੇ ਅੰਦਰ ਬੈਠਾ ਹੈ ਕਿਉਂਕਿ ਤੁਹਾਡੇ ਜਦੋਂ ਹੁਣ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਮੇਰੇ ਅੰਦਰ ਵਾਈਬ੍ਰੇਸ਼ਨਸ ਚੱਲ ਪਈਆਂ ਕਿ ਮੈਂ ਇੱਕ ਚੰਗੀ ਚੀਜ਼ ਕਰ ਰਿਹਾ ਚੰਗਾ ਕੋਈ ਵਿਚਾਰ ਰੱਖ ਰਿਆ। ਉਹ ਵਾਈਬ੍ਰੇਸ਼ਨਸ ਮੇਰੀ ਬਾਡੀ ਨੂੰ ਹੀਲ ਕਰ ਰਹੀਆਂ ਨੇ। ਤੁਹਾਡੇ ਅੰਦਰ ਹੀ ਆ ਸਾਰਾ ਕੁਝ। ਜੀ। ਬਾਹਰ ਜਾਣ ਦੀ ਕਿਤੇ ਆ ਜੀ ਫਲਾਣੇ ਬਾਬੇ ਦੇ ਮੱਥਾ ਟੇਕਿਆ ਉਹ ਫਲਾਣੇ ਦੇ ਕਿਤੇ ਜਾਣ ਦੀ ਲੋੜ ਨਹੀਂ, ਕੁਝ ਕਰਨ ਦੀ ਲੋੜ ਨਹੀਂ। ਗੁਰੂ ਮਹਾਰਾਜ ਸਾਨੂੰ ਬਹੁਤ ਸੋਹਣੇ ਮੈਸੇਜ ਸੁਨੇਹੇ ਦੇ ਗਏ। ਐਡੀਆਂ-ਐਡੀਆਂ ਸ਼ਹਾਦਤਾਂ ਸਾਡੇ ਲਈ ਕਰ ਗਏ। ਜਿਨ੍ਹਾਂ ਦੇ ਕਰਕੇ ਅਸੀਂ ਅੱਜ ਇੱਥੇ ਸੁੱਖ ਦਾ ਸਾਹ ਲੈ ਰਹੇ ਹਾਂ। ਸੋ ਉਹਨਾਂ ਦਾ ਜਿਹੜਾ ਇਹ ਸਨੇਹੇ ਨੇ ਇਹਨਾਂ ਨੂੰ ਸਾਨੂੰ ਅਪਣਾਉਣਾ ਚਾਹੀਦਾ। ਜਿਹੜੀਆਂ ਪੈਸੇ ਦੀ ਭੱਜੋ ਭਾਜ ਮੈਂ ਕਹਿੰਦਾ ਮਿਹਨਤ ਕਰਨੀ ਚਾਹੀਦੀ ਆ ਪੈਸਾ ਵੀ ਲੋੜ ਆ ਜ਼ਿੰਦਗੀ ਦੀ ਪਰ ਕਿਸੇ ਦਾ ਹੱਕ ਮਾਰ ਕੇ ਪੈਸਾ ਨਾ ਖਾਓ ਹੂੰ ਸੱਚੀ ਸ਼ਰਧਾ ਮੈਂ ਸਮਝਦਾ ਇਸ ਤੋਂ ਵੱਡੀ ਕੋਈ ਹੋ ਨਹੀਂ ਸਕਦੀ ਬਿਲਕੁਲ ਫਿਰ ਇੱਕ ਇਹ ਵੀ ਚੀਜ਼ ਮੈਂ ਤੁਹਾਨੂੰ ਦੱਸਦਾ ਜਦੋਂ ਅਸੀਂ ਕੋਈ ਐਸੀ ਗੱਲ ਕਰਦੇ ਆ ਨਾ ਕਿਸੇ ਨਾਲ ਉਹ ਨਹੀਂ ਜੀ ਅਸੀਂ ਉਹ ਜੇ ਕਿੱਥੇ ਬਣ ਸਕਦੇ ਆ ਵਾਕੀ ਅਸੀਂ ਉਹ ਜੇ ਨਹੀਂ ਬਣ ਸਕਦੇ ਜੇ ਅਸੀਂ ਕਿਸੇ ਨਾਲ ਗੱਲ ਕਰਦੇ ਆ ਵੀ ਸਾਨੂੰ ਐਦਾ ਕਰਨਾ ਚਾਹੀਦਾ ਹੈ ਤਾਂ ਮੈਂ ਦੇਖਿਆ ਜੇ ਅਸੀਂ ਆਮ ਗੱਲ ਕਰਦੇ ਹਾਂ ਨਾ ਤਾਂ ਅਗਲਾ ਕਹਿੰਦਾ ਅਸੀਂ ਗੁਰੂ ਸਾਹਿਬਾਨਾਂ ਵਰਗੇ ਥੋੜੀ ਬਣ ਜਾਗੇ ਯਾਰ ਮਤਲਬ ਇਹ ਗੱਲ ਕਹਿ ਕੇ ਉਹ ਉੱਥੇ ਸਟਾਪ ਕਰ ਦਿੰਦੇ ਨੇ ਮਤਲਬ ਰੋਕੀ ਜਾਂ ਵੀ ਕਰਨਾ ਹੀ ਨਹੀਂ ਅਸੀਂ ਵੀ ਕਰਨਾ ਹੀ ਨਹੀਂ ਮੈਂ ਮੇਰੀ ਸੋਚੇ ਕਹਿੰਦੀ ਵੀ ਅਸੀਂ ਕਦੇ ਹੀ ਨਹੀਂ ਬਣ ਸਕਦੇ ਉਹਨਾਂ ਵਰਗੇ ਪਰ ਉਹਨਾਂ ਦੇ ਜਿਹੜੇ ਸਨੇਹ ਦਿੱਤੇ ਹੋਏ ਨੇ ਉਹਨਾਂ ਦੇ ਅਮਲ ਤਾਂ ਕਰ ਸਕਦੇ ਹਾਂ ਨਾ ਜਿਹੜੇ ਰਾਹ ਦਿਖਾਏ ਆ ਰਾਹ ਦਿਖਾਏ ਚੱਲ ਸਕਦੇ ਆ ਜਾ ਸਕਦੇ ਨਾ ਤੁਸੀਂ ਤੁਸੀਂ ਇਹਨਾਂ ਅਸਿਊਮ ਐ ਤੁਸੀਂ ਇਹ ਦੇਖੋ ਵੀ ਉੱਥੇ ਕਿੰਨੇ ਅਫਸਰ ਵੀ ਜਾਂਦੇ ਆ ਅਫਸਰਾਂ ਦੀਆਂ ਡਿਊਟੀਆਂ ਵੀ ਲੱਗਦੀਆਂ ਜਿਹੜੇ ਕਰਪਸ਼ਨ ਕਰਦੇ ਆ ਕੀ ਉੱਥੇ ਉਹ ਸਿੱਖਦੇ ਨਹੀਂ ਸਰਹੰਦ ਜਦੋਂ ਤੁਸੀਂ ਨਮਸਕਾਰ ਕਰਦੇ ਹੋ ਮੇਰਾ ਅੱਖਾਂ ਭਰ ਆਉਂਦੀਆਂ ਉੱਥੇ ਜਦੋਂ ਜਾਂਦਾ ਇੱਕ ਸਮਾਂ ਸੀਗਾ ਮੈਂ ਇਹ ਨਹੀਂ ਕਹਿੰਦਾ ਇੱਕ ਸਮਾਂ ਸੀ ਜਵਾਨੀ ਟਾਈਮ ਅਸੀਂ ਹੁੱਲੜਵਾਜੀ ਵੀ ਕਰਕੇ ਆਏ ਆ ਮੈਂ ਇੱਧਰ ਵੀ ਪਰਤਣਾ ਚਾਹੁੰਦਾ ਹਾਂ ਅਸੀਂ ਹੁੱਲੜਵਾਜੀ ਵੀ ਕਰਕੇ ਆਏ ਹਾਂ ਪਰ ਉਹ ਸਾਨੂੰ ਕਿਸੇ ਨੇ ਦੱਸਿਆ ਹੀ ਨਹੀਂ ਮੈਂ ਉਹੀ ਉਹੀ ਚਾਹਣਾ ਹੈਗਾ ਦੀ ਵੀ ਆਪਾਂ ਇਸ ਵੱਲ ਵੀ ਪਰਤੀਏ ਜਿਵੇਂ ਲੰਗਰ ਨੂੰ ਲੈ ਕੇ ਜਿਵੇਂ ਇਹਨਾਂ ਦਿਨਾਂ ਦੇ ਵਿੱਚ ਲੰਗਰ ਲੱਗਣੇ ਸ਼ੁਰੂ ਹੋ ਜਾਂਦੇ ਨੇ ਜੀ ਹਾਈਵੇ ਹੋਣ ਜਾਂ ਸਰੰਦ ਨੂੰ ਜਾਂਦੇ ਜਿਹੜੇ ਰਸਤੇ ਨੇ ਉਹਨਾਂ ਦੇ ਉੱਤੇ ਲੰਗਰ ਲੱਗਦੇ ਨੇ ਇਹ ਦੋ ਵਿਚਾਰ ਚੱਲਦੇ ਨੇ ਲੰਗਰ ਲਾਉਣ ਵਾਲੇ ਕਹਿੰਦੇ ਲਾਉਣੇ ਚਾਹੀਦੇ ਨੇ ਇੱਕ ਇਹ ਕਹਿ ਦਿੰਦੇ ਨੇ ਕਿ ਮਤਲਬ ਉਹ ਸਮਾਂ ਸੀ ਜਦੋਂ ਲੋਡ ਹੁੰਦੀ ਸੀ ਲੋਕ ਦੂਰੋਂ ਆਉਂਦੇ ਸੀ ਚੱਲ ਕੇ ਪਰ ਹੁਣ ਗੱਡੀਆਂ ਤੇ ਆਉਂਦੇ ਨੇ ਲੋਕ ਤੁਹਾਨੂੰ ਲੱਗਦਾ ਹੈ ਕਿ ਇਹ ਚੀਜ਼ਾਂ ਜਿਵੇਂ ਮਿੱਠੇ ਦੀ ਗੱਲ ਚੱਲਦੀ ਹੈ ਕਿ ਮਿੱਠਾ ਨਹੀਂ ਹੋਣਾ ਚਾਹੀਦਾ ਇਹਨਾਂ ਦਿਨਾਂ 'ਚ ਕਿਉਂਕਿ ਲੋਕ ਤਾਂ ਪਉ ਜਿਹਾ ਹੁੰਦੇ ਨੇ ਨਾ ਦਿਨਾਂ ਦੇ ਵਿੱਚ ਮੈਂ ਮਹਿਸੂਸ ਕਰਦੇ ਨੇ ਉਸ ਚੀਜ਼ ਨੂੰ ਤੁਸੀਂ ਕਿਵੇਂ ਸੋਚਦੇ ਹੋ ਦੇਖੋ ਲੰਗਰ ਗੁਰੂ ਸਾਹਿਬਾਨ ਨੇ ਜਦੋਂ ਬਣਾਇਆ ਸੀ ਜਾਤ ਪਾਤ ਉੱਚ ਨੀਚ ਵੈਰ ਵਿਰੋਧ ਸਾਰੀਆਂ ਚੀਜ਼ਾਂ ਖਤਮ ਕਰਨ ਲਈ ਬਣਾਇਆ ਸੀ ਸਾਡੇ ਸਮਾਜ 'ਚ ਅਸੀਂ ਦੇਖਦੇ ਹਾਂ ਇੱਕ ਚੀਜ਼ਾਂ ਜੇ ਅਸੀਂ ਕਹਿ ਦਈਏ ਖਤਮ ਹੋ ਗਈਆਂ ਪਹਿਲੀ ਗੱਲ ਤਾਂ ਉਹ ਹੋਈਆਂ ਹੀ ਨਹੀਂ ਅੱਜ ਵੀ ਅਸੀਂ ਉੱਥੇ ਹੀ ਖੜੇ ਹਾਂ ਅੱਜ ਵੀ ਤੁਸੀਂ ਸਾਡੇ ਪਿੰਡ ਚਲੇ ਜਾਓ ਕਿੱਥੇ ਵੀ ਚਲੇ ਜਾਓ ਤੁਹਾਨੂੰ ਇਹ ਚੀਜ਼ ਵਖਰੇਵਾ ਮਿਲੂਗੀ ਮਿਲੂਗਾ ਪਹਿਲੀ ਗੱਲ ਕਾਸਟ ਵਾਲਾ ਕਾਸਟ ਵਾਲਾ ਮਿਲੂਗਾ ਹੀ ਮਿਲੂਗਾ ਜੀ ਤੁਸੀਂ ਸਾਡੇ ਪਿੰਡ ਜਾਓ ਤੁਸੀਂ ਮੈਂ ਇਹ ਤੁਹਾਡੇ ਮਾਧਿਅਮ ਨਾਲ ਕਹਿਣਾ ਵੀ ਸਾਡੇ ਪਿੰਡ ਸਾਰੇ ਮੈਂ ਖੁਦ ਜ਼ਿੰਮੇਵਾਰ ਹਾਂ ਜ਼ਿੰਮੇਵਾਰ ਕਹਿੰਦੇ ਜੀ ਸਾਡਾ ਹੀ ਹੈ ਗੁਰਦੁਆਰਾ ਸਾਹਿਬ ਦਾ ਮੈਂ ਇਸੀ ਤੇ ਲੋ ਜਿਹੜਾ ਗੁਰੂ ਸਿੱਖ ਬੰਦਾ ਹੈ ਸਾਰੇ ਬੰਦਿਆਂ ਦਾ ਉਤੇ ਬਰਾਬਰ ਦਾ ਅਧਿਕਾਰ ਹੈ ਬਰਾਬਰ ਦਾ ਹੋਣਾ ਚਾਹੀਦਾ ਲੰਗਰ ਤੁਸੀਂ ਛੱਕ ਰਹੇ ਹੋ ਤਾਂ ਇੱਕ ਥਾਲੀ 'ਚ ਬੈਠ ਕੇ ਖਾਓ ਮੈਂ ਮੰਨੂਗਾ ਇਵੇਂ ਮੈਂ ਹੀ ਆ ਹੁਣ ਮੈਂ ਆਪਣਾ ਸਰਨੇਮ ਸਿੰਘ ਰੱਖਿਆ ਹੋਇਆ ਮੈਂ ਆਪਣਾ ਉਹ ਚੱਕਤਾ ਜੋ ਵੀ ਪਹਿਲਾਂ ਪੁਰਾਣਾ ਆ ਰਿਹਾ ਸੀ ਆਮ ਸਿੰਘ ਜਿਆ ਗੋਤ ਲਾ ਲੈਂਦੇ ਰੱਖ ਸਰ ਮੈਨੂੰ ਕੋਈ ਅੱਜ ਤੋਂ ਬਾਅਦ ਮਤਲਬ 7 ਸਾਲ ਹੋ ਗਏ ਜੀ ਮੈਨੂੰ ਸਿੰਘ ਲਾਉਂਦਿਆਂ ਨੂੰ ਮੇਰੇ ਪਾਸਪੋਰਟ ਤੇ ਵੀ ਸਿੰਘ ਹੈ ਤਾਂ ਆਮ ਸਿੰਘ ਤੇ ਦੂਜਾ ਜਿਹੜਾ ਤੁਸੀਂ ਲੰਗਰ ਦੀ ਗੱਲ ਕਰੀਆ ਲੰਗਰ ਅੱਗੇ ਗੱਡਿਆਂ ਤੇ ਆਉਂਦੇ ਸੀ ਬੰਦੇ ਦੂਰੋਂ ਚੱਲ ਕੇ ਦੂਰੋਂ ਚੱਲ ਕੇ ਤੁਰ ਕੇ ਆਉਂਦੇ ਸੀ ਤਾਂ ਰਾਹ ਚ ਉਹ ਦੂਰੋਂ ਆਉਂਦੇ ਸੀ ਉਹਨਾਂ ਨੂੰ ਰਹਿਣ ਬਸੇਰੇ ਵੀ ਚਾਹੀਦੇ ਹੁੰਦੇ ਸੀ ਤੇ ਉਹਨਾਂ ਨੂੰ ਲੰਗਰ ਵੀ ਚਾਹੀਦਾ ਹੁੰਦਾ ਸੀ ਖਾਣ ਪੀਣ ਲਈ ਹੁਣ ਤੁਸੀਂ ਗੱਡੀ 'ਚ ਬੈਨੇ ਹੋ ਸਪੋਜ਼ ਮੈਂ ਪਟਿਆਲੇ ਤੋਂ ਜਾਣਾ ਤਾਂ ਮੇਰਾ 15 ਮਿੰਟ ਦਾ ਰਾਹ ਜਾਂਦਾ ਹੈ 15 ਅੱਧਾ ਘੰਟਾ ਲਾ ਲਓ ਤੁਸੀਂ ਰਾਸ਼ਾ ਪੌਣਾ ਘੰਟਾ ਲਾ ਲਓ ਬਟ ਇੰਨਾ ਕੋਈ ਲੰਬਾ ਸਮਾਂ ਨਹੀਂ ਆ ਲੰਗਰ ਲੱਗਣਾ ਚਾਹੀਦਾ ਇੱਕ ਸਿਸਟਮ ਹੋਣਾ ਚਾਹੀਦਾ ਕਿ ਇੱਕ ਰੋਡ ਹੈ ਸਪੋਜ਼ 50 ਕਿਲੋਮੀਟਰ ਦੀ ਤਾਂ ਉਥੇ ਇੱਕ ਸਾਈਡ ਤੇ ਦੋ ਕਿਲੇ ਤਿੰਨ ਕਿਲੇ ਤੁਸੀਂ ਲੈ ਲਓ ਉਥੇ ਪਾਰਕਿੰਗ ਰੱਖੋ ਪ੍ਰੋਪਰ ਸਰਹੰਦ ਰੋਡ ਹੈ ਪਟਿਆਲੇ ਤੋਂ ਇੱਥੇ 10 ਲੰਗਰ ਲੱਗੇ ਹੋਇਆ ਜੀ ਰੋੜੀ ਵੀ ਬਹੁਤ ਮਤਲਬ ਕੀ ਗੱਲ ਤੁਸੀਂ ਉਹ 10 ਬਹੁਤ ਉਹ ਹੈ ਛੋਟੀ ਹੈ ਛੋਟੀ ਹੈ ਰੋੜ ਤੁਸੀਂ ਹੁਣ ਉਹ 10 ਪਿੰਡ ਕਿਉਂ ਨਹੀਂ ਤੁਸੀਂ ਜਿਹੜੇ 10 ਲੰਗਰ ਹੈ ਤੁਸੀਂ ਇੱਕ ਜਗ੍ਹਾ ਤੇ ਕਿਸਾਨ ਤੋਂ ਜਗ੍ਹਾ ਲਓ ਸਾਈਡ ਤੇ ਪਾਰਕਿੰਗ ਬਣਾਓ ਜੇ ਤੁਸੀਂ ਲਾਉਣਾ ਹੀ ਹੈ ਸ਼ਰਧਾ ਦੇਣੀ ਹੈ ਤਾਂ ਸਾਈਡ ਤੇ ਗੱਡੀਆਂ ਜਿਹਨੂੰ ਲੋੜ ਆ ਉਹ ਆਪਣੇ ਆਪ ਆ ਕੇ ਛੱਡ ਲੇ ਸਾਰੀ ਉਹ ਰੋੜ ਦਾ ਲੰਗਰ ਇੱਕ ਜਗ੍ਹਾ ਲੱਗਿਆ ਹੋਵੇ ਉਹ ਵੀ ਇੱਕ ਦੇਖ ਕੇ ਵੀ ਕਿੱਥੇ ਹਾਂ ਬਿਲਕੁਲ ਤੁਹਾਡੀ ਗੱਲ ਖੂਬਸੂਰਤ ਗੱਲ ਹੈ ਵੀ ਇੱਕ ਰਸਤਾ ਇੱਕ ਹੈ ਰਸਤਾ ਹੈ ਕਿ ਜਿੰਨਾ ਉਧਰੋਂ ਵੀ ਆਉਣਾ ਜਾਣਾ ਇਧਰੋਂ ਵੀ ਜਾਣਾ ਤੇ ਇੱਕ ਥਾਂ ਤੇ ਹੋਵੇ ਤੁਸੀਂ ਲੋਕਾਂ ਨੂੰ ਦੇਖੋ ਐਕਸੀਡੈਂਟ ਹੁੰਦੇ ਆ ਪਿੱਛੇ ਜੇ ਮੈਂ ਖਬਰ ਸੁਣੀ ਸੀ ਇੱਕ ਬੱਸ ਵਾਲਾ ਹੀ ਮਾਰਤਾ ਲੰਗਰ ਵਾਲਿਆਂ ਨੇ ਕੁੱਟ-ਕੁੱਟ ਕੇ ਵੀ ਉਹਨੇ ਬੱਸ ਨਹੀਂ ਰੋਕੀ ਇਹ ਪੁਰਾਣੀ ਗੱਲ ਆ ਕੁਝ ਕਿਸੇ ਸਾਲ ਪਹਿਲਾਂ ਦੀ ਆ ਮਤਲਬ ਉਹ ਕੀ ਇਹ ਜਿਹੇ ਇਹ ਲੰਗਰ ਵਾਜਿਬ ਹੈ ਤੁਸੀਂ ਕਿਸੇ ਨੂੰ ਖੜਾ ਰਹੇ ਹੋ ਤੱਕੇ ਨਾ ਖੜਾ ਰਹੇ ਹੋ ਠੀਕ ਹੈ ਤੁਹਾਡੀ ਸ਼ਰਤ ਹੈ ਫਿਰ ਸ਼ਰਤ ਹੈ ਤੁਸੀਂ ਕਮੇਟੀ ਬਣਾਓ ਇੱਕ ਕਮੇਟੀ ਬਣਾ ਕੇ ਪੰਜ-ਸੱਤ ਕਿਲੇ ਸਾਈਡ ਤੇ ਰੋਡ ਤੋਂ ਲਾਓ ਉੱਥੇ ਵਧੀਆ ਪਾਰਕਿੰਗ ਕਰੋ ਵਧੀਆ ਸਾਦਾ ਭੋਜਨ ਦਾਲ ਫੁਲਕਾ ਰੱਖੋ ਕੋਲ ਤੁਸੀਂ ਆਪਦੀ ਉੱਥੇ ਸ਼ਰਧਾ ਸਮਾਂ ਬੰਨ ਲਓ ਇਹ ਤਾਂ ਜੇ ਅਸੀਂ ਇਹਨੂੰ ਇੱਕ ਜਿਵੇਂ ਤੁਸੀਂ ਕਹਿੰਦੇ ਹੋ ਕਿ ਪੰਜ ਸੱਤ ਪਿੰਡ ਵੀ ਇੱਕ ਪਿੰਡ ਦਾ ਸਵੇਰ ਦਾ ਇੱਕ ਦਾ ਸ਼ਾਮ ਦਾ ਟਾਈਮ ਬੰਨ ਲਓ ਤੁਸੀਂ ਜੀ ਇਹਨੂੰ ਅਸੀਂ ਸਾਰਾ ਸਾਲ ਚਲਾ ਸਕਦੇ ਹਾਂ ਜੇ ਲੋਕ ਇਸ 'ਚ ਸਿਆਣ ਵਰਤਣ ਹੂੰ ਕਿਉਂਕਿ ਕਿੰਨੇ ਪਿੰਡ ਨੇ ਉਹ ਜਗ੍ਹਾ ਪੱਕੀ ਰੱਖ ਲਓ ਜੀ ਤੁਸੀਂ ਅਗਲੇ ਨੂੰ ਕਿਸਾਨ ਨੂੰ ਉਹਦਾ ਠੇਕਾ ਦੋ ਇੱਕ ਇੱਕ ਰੋਜ਼ ਚਲਾਓ ਤੁਸੀਂ ਕਿੰਨੇ ਪਿੰਡ ਨੇ ਤੁਸੀਂ ਸਾਰਾ ਸਾਲ ਚਲਾ ਸਕਦੇ ਹੋ ਲੰਗਰ ਉਹਨਾਂ ਦੇ ਨਾਂ ਦਾ ਖਤਮ ਨਹੀਂ ਹੋਣਾ वर्ल्ड रिकॉर्ड ਬਣੂਗਾ ਦੁਨੀਆ 'ਚ ਇਹ ਚੀਜ਼ ਆਈਓ ਕਿਤੇ ਅਸੀਂ ਉਹ ਵੇਸਟ ਜਾ ਰਿਹਾ ਸਾਡਾ ਲੰਗਰ ਤੁਸੀਂ ਜਿਹੜੀ ਗੱਲ ਕਰ ਰਹੇ ਸੀਗੇ ਹੁੱਲੜ ਬਾਜੀ ਦੀ ਜਿਹੜਾ ਤੁਹਾਡਾ ਸਮਾਜ ਤੁਸੀਂ ਕਿਹਾ ਕਿ ਮੈਥੋਂ ਵੀ ਹੋਈ ਹੁੱਲੜ ਬਾਜੀ ਸਾਨੂੰ ਕਿਸੇ ਨੇ ਗਿਆਨ ਨਹੀਂ ਦਿੱਤਾ ਸਾਨੂੰ ਕਿਸੇ ਨੇ ਸਮਝਾਇਆ ਨਹੀਂਗਾ ਜਿਹੜੇ ਅੱਜ ਵੀ ਨੌਜਵਾਨ ਜਾਂਦੇ ਨੇ ਹੋ ਸਕਦਾ ਉਹਨਾਂ ਨੂੰ ਕਿਸੇ ਨੇ ਨਾ ਸਮਝਾਇਆ ਹੋਵੇ ਹੁੱਲੜ ਬਾਜੀ ਤਾਂ ਅੱਜ ਵੀ ਹੋ ਜਾਂਦੀ ਆ ਜੇ ਆਪਾਂ ਵੀ ਦੇਖਦੇ ਆ ਸਪੀਕਰ ਲੱਗੇ ਹੁੰਦੇ ਆ ਹਾਲਾਂਕਿ ਚਲੋ ਗਾਣੇ ਉਹ ਕਹਿੰਦੇ ਸੀ ਧਾਰਮਿਕ ਲਾਇਏ ਨੇ ਪਰ ਮਹਿਸੂਸ ਤਾਂ ਵੱਡੇ ਸਪੀਕਰ ਨੇ ਵੱਡੇ-ਵੱਡੇ ਸਪੀਕਰ ਲਾ ਕੇ ਨਹੀਂ ਇਹ ਚੀਜ਼ ਦਾ ਕੁਛ ਦੇਖੋ ਇਹ ਤਾਂ ਇੱਕ ਚੀਜ਼ ਜ਼ਰੂਰ ਹੈ ਇਹ ਹੁੱਲਣਵਾਜੀ ਤਾਂ ਹੀ ਹੈ ਜਦੋਂ ਤੁਹਾਡੇ ਘਰੋਂ ਤੁਹਾਨੂੰ ਸਿੱਖਿਆ ਮਿਲੂਗੀ ਤਾਂ ਖਤਮ ਹੋਊਗੀ ਪਹਿਲੀ ਗੱਲ ਦੂਜੀ ਗੱਲ ਇਹ ਹੈ ਜੀ ਸਰਕਾਰਾਂ ਮੈਂ ਨਹੀਂ ਕਹਿੰਦਾ ਵੀ ਪਹਿਲਾਂ ਨਾਲੋਂ ਪਹਿਲਾਂ ਜਦ ਅਸੀਂ ਛੋਟੇ ਹੁੰਦੇ ਸੀਗੇ ਆਪਾਂ ਤਾਂ ਉੱਥੇ ਡੀਜੇ ਵਾਲੇ ਲੱਗੇ ਹੁੰਦੇ ਸੀ ਔਰਕੈਸਟਰ ਵਾਲੀਆਂ ਲੱਗੀਆਂ ਹੁੰਦੀਆਂ ਸੀ ਫਿਰ ਇੱਕ ਸਮਾਂ ਆਇਆ ਉਹ ਸਾਰੇ ਬੰਦ ਕਰਾਏ ਉਤੋਂ ਹੁਣ ਜਿਵੇਂ ਡੀਸੀ ਵੱਲੋਂ ਪਿੱਛੇ ਦੇਖਿਆ ਉਹਨਾਂ ਨੇ ਕਿਹਾ ਵੀ ਆ ਬੀੜੀ ਸਿਗਰਟ ਹੋਰ ਇਹ ਸਾਰਾ ਸਿਸਟਮ ਵਾਪਸ ਇਹ ਬੰਦ ਹੋਣਗੇ ਦੂਜੀ ਗੱਲ ਇਹ ਹੈ ਬੱਚਿਆਂ ਨੂੰ ਜਿਹੜੇ ਦੇਖੋ ਇੱਕ ਸਮਾਂ ਹੁੰਦਾ ਇੱਕ ਉਮਰ ਹੁੰਦੀ ਆ ਹਨਾ ਬਟ ਮੈਨੂੰ ਇਹ ਲੱਗਦਾ ਕਿ ਉਹ ਉਮਰ ਉਹਨਾਂ ਦੀ ਬੱਚਿਆਂ ਦੀ ਸਾਨੂੰ ਦੇਖਣੀ ਚਾਹੀਦੀਆਂ ਜਿਹੜੇ ਛੋਟੇ ਚਾਹੇ ਅਸੀਂ ਗਲਤੀਆਂ ਕੀਤੀਆਂ ਪਰ ਅਸੀਂ ਉਹ ਤੋਂ ਸਿੱਖ ਕੇ ਅੱਜ ਅਸੀਂ ਜੇ ਮੈਨੂੰ ਦੋ ਬੰਦੇ ਮਿਲਣਗੇ ਤਾਂ ਮੈਂ ਉਹਨਾਂ ਨੂੰ ਦੱਸੂਗਾ ਵੀ ਯਾਰ ਆਪਾਂ ਐਦਾਂ ਦਾ ਕੁਝ ਨਹੀਂ ਕਰਨਾ ਉੱਥੇ ਤੁਸੀਂ ਜਾ ਰਹੇ ਹੋ ਸ਼ਰਦਾ ਦੇ ਫੁੱਲ ਦੋ ਸਿੱਖ ਕੇ ਆਓ ਗੱਲ ਸਾਰੀ ਸਿੱਖਣ ਦੀ ਹੈ ਕਿ ਅਸੀਂ ਉੱਥੋਂ ਜਾਣਿਆਂ ਦਾ ਉੱਥੇ ਸਿੱਖ ਕੇ ਕੀ ਆਉਣਾ ਹੈ ਹੂੰ ਇਹ ਚੀਜ਼ ਹੈ ਮਹਿਸੂਸ ਕਰਨ ਦੇ ਨਾਲ ਸਿੱਖਣਾ ਬਹੁਤ ਜ਼ਰੂਰੀ ਹੈ ਸਿੱਖਣਾ ਬਹੁਤ ਜ਼ਰੂਰੀ ਹੈ ਇਹੀ ਸਿੱਖ ਹੈ ਜੇ ਆਪਾਂ ਕਹਿੰਦੇ ਅਸੀਂ ਸਿੰਗਲ ਆਇਆ ਮਗਰ ਤਾਂ ਤੁਸੀਂ ਇੱਕ ਇਨਸਾਨ ਚੰਗੇ ਬਣੋ ਉਹ ਜਿਹੜੀ ਆਪਾਂ ਗੱਲ ਸ਼ੁਰੂਆਤ ਚ ਕੀਤੀ ਆ ਵੀ ਅਮਲ ਕਰਨਾ ਜ਼ਰੂਰੀ ਹੈ ਹੁਣ ਮੈਨੂੰ ਹਾਂ ਅਮਲ ਕਰਨਾ ਜ਼ਰੂਰੀ ਹੈ ਹੁਣ ਮੈਂ ਇਹ ਮੈਨੂੰ ਮਹਿਸੂਸ ਕਰਦਾ ਕਿ ਮੈਂ ਗੱਲ ਕਰਨ ਦੀ بجائے ਉਸਤੇ ਪਹਿਲਾਂ ਆਪ ਅਮਲ ਕਰਾਂ ਹੂੰ ਹੁਣ ਇਸ ਚੀਜ਼ ਦਾ ਮੇਰੇ ਬਥੇਰੇਆਂ ਨੂੰ ਹੈਗਾ ਯਾਰ ਤੂੰ ਆਪਣਾ ਸਾਡਾ ਸਮਰਾਉ ਸ਼ੇਰ ਮੱਜਰੇ ਸਮਰਾਉ ਜ਼ਿਆਦਾ ਹੈਗੇ ਆ ਜੀ ਹੁਣ ਸਮਰਾਉ ਹੈਗੇ ਆ ਜ਼ਿਆਦਾ ਤਾਂ ਮੈਂ ਹੁਣ ਜੇ ਚੱਕਦਾ ਤਾਂ ਉਹਨਾਂ ਨੂੰ ਇਹ ਸਮਰਾਉ ਚੱਕਦਾ ਇਹਨੇ ਸਿੰਘ ਕਿਉਂ ਲਾ ਰਿਹਾ ਸਿੰਘ ਦੇ ਅੱਗੇ ਸਮਰਾਉ ਲਾਵੇ ਨਾਲ ਸਿੰਘ ਪਾ ਕੇ ਤੁਸੀਂ ਫਤਿਹਜੀਤ ਸਿੰਘ ਤੇ ਸਮਰਾਉ ਹੂੰ ਮੈਂ ਮਾ ਫਤੇਜੀਤ ਸਿੰਘ ਆਂ ਗੁਰੂ ਸਾਹਿਬ ਮੈਨੂੰ ਸਿੰਘ ਦੇ ਜੀ ਬੜਾ ਇਹਨਾਂ ਨੂੰ ਲੋਕਾਂ ਨੂੰ ਬਹੁਤ ਲੱਗੂਗਾ ਇਸ ਗੱਲ ਦਾ ਵੀ ਯਾਰ ਇਹ ਐ ਨਹੀਂ ਅਸੀਂ ਗੱਲਾਂ ਜੀ ਅਸੀਂ ਸ਼ੇਅਰ ਗੱਲਾਂ ਫਿਰ ਗੁਰੂ ਸਾਹਿਬ ਤੋਂ ਅਸੀਂ ਕੀ ਸਿੱਖਿਆ ਫਿਰ ਤਾਂ ਅਸੀਂ ਗੱਲਾਂ ਹੀ ਕਰ ਰਹੇ ਆ ਨਾ ਕਿ ਸਾਨੂੰ ਉੱਥੇ ਜਾਣਾ ਚਾਹੀਦਾ ਹੈ ਉੱਥੇ ਜਾ ਕੇ ਮੱਥਾ ਟੇਕਣਾ ਚਾਹੀਦਾ ਹੈ ਮੱਥਾ ਟੇਕ ਕੇ ਅਸੀਂ ਆਉਨੇ ਆ ਵਾਪਸ ਉਹੀ ਕ੍ਰਪਸ਼ਨ ਉਹੀ ਲੋਕਾਂ ਦੇ ਹੱਕ ਖਾਣ ਲੱਗ ਜਾਂਦੇ ਆ ਜੀ ਪਰ ਫਿਰ ਅਸੀਂ ਉਥੋਂ ਸਿੱਖ ਕੇ ਕੀ ਆ? ਸੋ ਮੈਂ ਅੱਜ ਤੋਂ ਤਕਰੀਬਨ ਤਕਰੀਬਨ ਮੈਂ ਇਹ ਮਹਿਸੂਸ ਕਰਦਾ ਹਾਂ ਸਭ ਤੋਂ 8 ਸਾਲ ਪਹਿਲਾਂ ਇਹ ਆਪਣੀ ਜ਼ਿੰਦਗੀ 'ਚ ਪਰਣ ਲਿਆ ਕਿ ਮੈਂ ਜ਼ਿੰਦਗੀ 'ਚ ਆਪਣੇ ਬੱਚਿਆਂ ਪ੍ਰਤੀ ਆ ਆਪਣੇ ਸਵਾਰਥ ਪ੍ਰਤੀ ਕਿਸੇ ਨੂੰ ਦੁੱਖ ਨਹੀਂ ਦਊਗਾ ਜੀ ਇਹ ਚੀਜ਼ ਉੱਥੋਂ ਮੈਂ ਲੈ ਕੇ ਆਇਆ ਜੋ ਚੀਜ਼ ਜੋ ਮੈਸੇਜ ਗੁਰੂ ਸਾਹਿਬ ਸਾਨੂੰ ਦੇ ਗਏ ਸਰਬੱਤ ਦੇ ਭਲੇ ਦਾ ਹੂੰ ਉਹ ਉਹਨਾਂ ਦਾ ਲੈ ਕੇ ਮੈਂ ਆਪਣੀ ਜ਼ਿੰਦਗੀ ਅੱਗੇ ਵਧਾ ਰਿਹਾ ਹਾਂ ਬਹੁਤ-ਬਹੁਤ ਸ਼ੁਕਰੀਆ ਫਤੇ ਜੀ ਜੀ ਸਮਾਂ ਦੇਣ ਲਈ ਇਸ ਗੱਲ ਦੇ ਉੱਤੇ ਚਰਚਾ ਕਰਨ ਲਈ ਤੇ ਜੋ ਵੀ ਸਾਡੀ ਗੱਲ ਸੁਣ ਰਹੇ ਆ ਕਿਉਂਕਿ ਗੁਰੂ ਸਾਹਿਬਾਨ ਹੀ ਸਾਨੂੰ ਕਹਿੰਗੇ ਕਿ ਵਿਚਾਰ ਕਰਨੀ ਚਾਹੀਦੀ ਹੈ ਇੱਕ ਦੂਜੇ ਨਾਲ ਡਾਇਲੋਗ ਕਰਨਾ ਚਾਹੀਦਾ ਹੈ ਤਾਂ ਕਿ ਅਸੀਂ ਉਸ ਡਾਇਲੋਗ ਨੂੰ ਅੱਗੇ ਵਧਾ ਸਕੀਏ ਤੇ ਸਮਾਜ ਨੂੰ ਸੋਹਣਾ ਬਣਾ ਸਕੀਏ ਬਹੁਤ-ਬਹੁਤ ਸ਼ੁਕਰੀਆ ਸੋ ਤੁਹਾਡਾ ਇੱਥੇ ਆਇਆਂ ਦੇ ਬਹੁਤ ਜੀ ਆਇਆਂ ਤੇ ਮੈਂ ਬਸ ਇਹੀ ਤੁਹਾਡੇ ਮਾਧਿਅਮ ਨਾਲ ਸਾਰੇ ਸਿੱਖ ਜਗਤ ਨੂੰ ਸਿੱਖ ਜਗਤ ਨੂੰ ਤੇ ਪੂਰੇ ਸੰਸਾਰ ਨੂੰ ਇੱਕ ਸੁਨੇਹਾ ਹੀ ਹੈ ਕਿ ਅਸੀਂ ਆਓ ਗੁਰੂ ਸਾਹਿਬ ਦੇ ਕਹਿਣੀ ਤੇ ਕਰਨੀ ਤੇ ਚੱਲੀਏ ਆਪਣੇ ਬੱਚਿਆਂ ਦੇ ਸਵਾਰਥ ਲਈ ਕਿਸੇ ਹੋਰ ਬੱਚੇ ਦਾ ਹੱਕ ਨਾ ਖਾਈਏ ਸੋ ਮਿਹਨਤੀ ਬੱਚਿਆਂ ਨੂੰ ਬਣਾਓ ਤਾਂ ਕਿ ਉਹ ਉਸ ਲੈਵਲ ਤੇ ਜਿਸ ਮੁਕਾਮ ਤੇ ਤੁਸੀਂ ਚਾਹੁੰਦੇ ਹੋ ਉਹਨਾਂ ਨੂੰ ਲੈ ਕੇ ਜਾਣਾ ਤੋ ਆਪਣੀ ਮਿਹਨਤ ਸਦਕਾ ਉੱਥੇ ਜਾਣ ਨਾ ਕਿ ਪੈਸਾ ਰਿਸ਼ਵਤ ਕਿਸੇ ਤੁਸੀਂ ਸਰਕਾਰੀ ਆ ਕੋਈ ਲੀਡਰ ਦੇ ਕਹਿਣ ਤੇ ਆਪਣੇ ਬੱਚੇ ਉਥੇ ਲਾਓ ਤਾਂ ਕਿ ਦੂਜੇ ਦਾ ਕਿਸੇ ਦਾ ਹੱਕ ਖਾਦਾ ਜਾਵੇ ਸੋ ਆਓ ਇਸ ਦੁੱਖ ਸੋਗ ਦੇ ਹਾੜੇ ਤੇ ਅਸੀਂ ਇਹ ਪਰਣ ਲਈਏ ਕਿ ਅਸੀਂ ਗੁਰੂ ਸਾਹਿਬ ਦੀ ਕਹਿਣੀ ਤੇ ਕਰਨੀ ਤੇ ਪੂਰੇ ਉਤਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ